ਖੁੱਲੇ ਦਰਿਆ ਸਾਨੂੰ ਕੋਈ ਕਿਨਾਰਾ ਨਹੀਂ ਲੱਗਦਾ ਪੰਜਾਬ ਤੋਂ ਵੱਧ ਸਰਕਾਰੇ ਕੁਝ ਵੀ ਪਿਆਰਾ ਨਹੀਂ ਲੱਗਦਾ ਅਸੀਂ ਬਾਗੀਆਂ ਬੇਕਾਬੂਆਂ ਬਾਬੇ ਨਾਨਕ ਦੀ ਸੋਚ ਦੇ ਕਾਬੂਆਂ ਕਿੰਨੇ ਲਈ ਸੀ ਡਿਊਟੀ ਤੁਹਾਡੀ ਗੀਤ ਲਿਖਣ ਦੀ ਮੇਰਾ ਦੋਸਤ ਸੀ ਭਪਿੰਦਰ ਬਾਠਵਿਰਾ ਤੇ ਅ ਬਾਠਵਿਰਾ ਉਦੋਂ ਰੋਬਿਨ ਬਰਾੜ ਖੜਾ ਸੀਗਾ ਬਾਈ ਵੋਟਾਂ 'ਚ ਰੋਬਿਨ ਹੁੰਦਾ ਸੀ ਚੇਅਰ ਚੇਅਰਮੈਨ ਸੀ ਸ਼ਾਇਦ ਇਹਨਾਂ ਦਾ ਤੇ ਮੌਜੀ ਵੀਰਾ ਇਲੈਕਸ਼ਨ ਉਹ ਕਰ ਰਿਹਾ ਸੀਗਾ ਤੇ ਬਸ ਉਦੋਂ ਉਹ ਸਰਕਲ ਹੀ ਸੀਗਾ ਜੀ ਸਾਰਾ 10 ਨੰਬਰੀ ਇਹ ਪਹਿਲਾਂ 9 ਚੱਲਦਾ ਸੀਗਾ ਹਨਾ ਵੀ ਆਪਾਂ ਕਿਸੇ ਨੂੰ 10 ਨੰਬਰੀ ਆਖਾਂਗੇ ਮੈਨੂੰ ਨਹੀਂ ਲੱਗਦਾ ਉਹ ਐਡਾ ਚੌੜਾ ਜਾਂ ਹੁੰਦਾ ਹੋਊਗਾ ਅੱਜ ਦੇ ਟਾਈਮ 'ਚ ਉਹ ਤਾਂ 1420 ਆ ਹਾਂ ਹਾਂ ਪਹਿਲਾਂ ਇੱਕ ਆਪਦੇ ਹਿਸਾਬ ਨਾਲ ਕਿਉਂਕਿ ਪਿੰਡ 'ਚ ਕੋਈ ਅੱਦਾਂ ਇਹ ਜਿਹਾ ਹੁੰਦਾ ਸੀਗਾ ਉਹਨੂੰ ਕੋਈ ਛੇਤੀ ਮੂਹ ਨਹੀਂ ਲਾਉਂਦਾ ਸੀਗਾ ਉਹਨੂੰ ਇਹ ਗੱਲ ਠੀਕਾ ਵਿੱਕੀ ਮਿੱਡੂ ਖੜਾ ਵੀ ਕਿਉਂਕਿ ਅ ਯੂਨੀਵਰਸਿਟੀ 'ਚੋਂ ਸੀਗੇ ਹਨਾ ਜਾਣਦੇ ਸੀ ਵਧੀਆ ਭਰਾ ਕਹ ਲਓ ਤੇ ਸਿੱਧੂ ਮੂਸੇਵਾਲਾ ਵੀਰਾ ਵੀ ਉਦੋਂ ਗਰਜਾਇਜ ਵੀਰੇ ਨਾਲ ਮੈਂ ਵੀਰੇ ਦੀ हां सिद्धू ਗਰੇਦੀ ਫਿਲਮਾਂ ਯਸ ਆਈ ਐਮ ਅ ਸਟੂਡੈਂਟ ਦਾ ਪੰਜਾਬ ਲਾਈਨ ਪ੍ਰੋਡਿਊਸਰ ਵੀ ਹੈਗਾ ਤੇ ਵੀਰਾ ਵੀ ਜਦੋਂ ਆਇਆ ਤਾਂ ਮੈਂ ਵੀਰੇ ਨੂੰ ਧੰਨਵਾਦ ਕੀਤਾ ਮੈਂ ਕਿਹਾ ਵੀ ਬਾਈ ਤੁਸੀਂ ਆਏ ਇੱਥੇ ਵੀ ਥੈਂਕ ਯੂ ਧੰਨਵਾਦ ਕਿਉਂਕਿ ਉਹਨਾਂ ਨੇ ਪੂਰੀ ਫਿਲਮ ਦੇਖੀ ਸੀ ਮੈਨੂੰ ਸੀਗਾ ਵੀ ਵੋਟਾਂ ਤੋਂ ਬਾਅਦ ਆਏ ਨੇ ਵੀ ਥੱਕੇ ਹੋਣਗੇ ਬਾਈ ਹੋਰੀ ਥੋੜਾ ਟਾਈਮ ਲਾ ਕੇ ਲੰਘ ਜਾਣਾ ਪਰ ਬਾਈ ਨੇ ਪੂਰੀ ਫਿਲਮ ਦੇਖੀ ਉਹ ਕਹਿੰਦੇ ਨਹੀਂ ਵੀ ਗੱਬਰ ਬਾਈ ਤੁਹਾਡਾ ਧੰਨਵਾਦ ਸਖਾਦੀ ਵੀ ਤੇ ਕੁੱਟਿਆ ਵੀ ਬਾਈ ਚਲੋ ਏ ਟਾ ਚੌੜਵੀ ਕੁੱਟ ਨਹੀਂ ਕਦੇ ਪਈ ਸੀ ਮੇਰਾ ਦੋਸਤ ਹੁੰਦਾ ਸੀ ਗਰਦੀਪ ਕਿ ਲਹਿਰਾ ਸੀ ਲਹਿਰੇ ਦੇ ਨਾਲ ਜਾਖਲ ਹਰਿਆਣਾ ਨਾਲ ਹੀ ਲੱਗਦਾ ਤਾਂ ਮੈਂ ਕਹਿੰਦਾ ਹੁੰਦਾ ਕਿ ਉਹਨੇ ਚੌੜ ਚ ਮੈਂ ਕਿਹਾ ਵੀ ਗਰਦੀ ਵੀਰੇ ਆਪ ਐ ਕਰੀ ਹਰਿਆਣਾ ਦੇ ਡੁੰਗੇ ਜਿਚ ਲੰਘ ਜਾਣਾ ਕਿਤੇ ਕੁੱਟ-ਕੱਟ ਖਾਇਆ ਹੀ ਏ ਵੀ ਥੋੜਾ ਤਜਰਬਾ ਹੋ ਜਾਊਗਾ ਪਰ ਵੀ ਬਚ ਬਚਦਾ ਹੀ ਰਹੇ ਭਾਈ ਮਾੜਾ ਮੋਟਾ ਤਾਂ ਚਲੋ ਤੁਹਾਨੂੰ ਪਤਾ ਹੀ ਆ ਬਾਈ ਜਦੋਂ ਗਲਤ ਕੰਮ ਕਰੋਗੇ ਤਾਂ ਫਿਰ ਉਹਦਾ ਇਨਾਮ ਗਲਤ ਮਿਲਦਾ ਵੀ ਆ ਸਾਰਾ ਕੁਝ ਹੁੰਦੀਆਂ ਨੇ ਚੀਜ਼ਾਂ ਲੜਾਈ ਝਗੜੇ ਦੀਆਂ ਗੱਲਾਂ ਘਰੇ ਪਹੁੰਚਦੀਆਂ ਹੀ ਹਾਂ ਬਰੇ ਬੀਏ ਮਾੜੀ ਜੀ ਔਖੀ ਲੰਗੀ ਆ ਜ਼ਿੰਦਗੀ ਦੀ ਬੀਏ ਚ ਬਹੁਤ ਲੰਬੇ ਹੁੰਦੇ ਸੀਗੇ ਕਿਉਂ ਵੀ ਉਹ ਮੈਨੂੰ ਅੱਜ ਤੱਕ ਨਹੀਂ ਸਮਝਾਉਂਦਾ ਮੈਨੂੰ ਲੱਗਦਾ ਹੁੰਦਾ ਸਮਾਂ ਹੀ ਹੁੰਦਾ ਇਨਸਾਨ ਦਾ ਵੀ ਚੰਗਾ ਤੇ ਮਾੜਾ ਮਹਿਮੂਦ ਡਾਰਵਿਡ ਸਾਹਿਬ ਲਿਖਦੇ ਨੇ ਕਿ ਇੱਕ ਦਿਨ ਇਹ ਜੰਗ ਖਤਮ ਹੋ ਜਾਏਗੀ ਚਿੱਟੀਆਂ ਦਾੜੀਆਂ ਵਾਲੇ ਲੀਡਰ ਜਿਹੜੇ ਹੈਗੇ ਨੇ ਉਹ ਹੱਥ ਵੀ ਮਲਾ ਲੈਣਗੇ ਪਰ ਇੱਕ ਮਾਂ ਆਪਣੇ ਪੁੱਤਰ ਨੂੰ ਉੜੀਕੇਗੀ ਇੱਕ ਕੁੜੀ ਆਪਣੇ ਹਮਸਫਰ ਨੂੰ ਉੜੀਕੇਗੀ ਬੱਚੇ ਆਪਣੇ ਪਿਓ ਨੂੰ ਉੜੀਕਣਗੇ ਮਹਿਮੂਦ 达ਰਵਿਸ਼ ਸਾਹਿਬ ਅੱਗੇ ਲਿਖਦੇ ਨੇ ਕਿ ਮੈਨੂੰ ਨਹੀਂ ਪਤਾ ਇਸ ਸ਼ਬਦ ਵਿੱਚੋਂ ਕਿੰਨੇ ਕੀ ਪਾਇਆ ਪਰ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਇਸ ਸ਼ਬਦ ਵਿੱਚੋਂ ਕਿਸ ਨੇ ਕੀ ਗਵਾਇਆ A B C D ਜਦੋਂ ਅਸੀਂ ਪੜ੍ਹਦੇ ਹਾਂ ਊੜਾ ਐੜਾ ਜਦੋਂ ਅਸੀਂ ਪੜ੍ਹਦੇ ਹਾਂ ਤਾਂ A ਫੋਰ ਐਪਲ ਸਿਖਾਇਆ ਜਾਂਦਾ ਸੀ ਤੇ G ਫੋਰ ਗਰੇਪ ਸਿਖਾਏ ਜਾਂਦੇ ਸੀ ਊੜੇ ਐੜੇ ਦੇ ਵਿੱਚ ਵੀ ਗੱਗੇ ਤੋਂ ਗਿਆਨ ਦੱਸਿਆ ਜਾਂਦਾ ਸੀ ਪਰ ਅੱਜ ਕੱਲ ਬੱਚਿਆਂ ਦੀ ਜ਼ੁਬਾਨ ਤੇ G ਫੋਰ ਗੈਂਗਸਟਰ ਚੜਿਆ ਹੋਇਆ ਤੇ ਗੱਗੇ ਤੋਂ ਗੈਂਗਸਟਰ ਚੜਿਆ ਹੋਇਆ ਔਰ ਗੱਬਰ ਸੰਗਰੂਰ ਮੇਰੇ ਨਾਲ ਨੇ ਇਸ ਇੰਟਰਵਿਊ ਨੂੰ ਭਾਵੇਂ ਪਾਜ਼ ਕਰ ਦੇਣਾ ਜਾ ਕੇ ਪਹਿਲਾਂ YouTube ਤੇ ਸਰਚ ਕਰਨਾ ਵਾਈਟ ਪੰਜਾਬ ਦਾ ਟੀਜ਼ਰ ਔਰ ਜ਼ਰੂਰ ਦੇਖਣਾ ਤੁਹਾਨੂੰ ਪਤਾ ਲੱਗੇਗਾ ਕਿ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਔਰ ਇਸ ਸਟੀਅਰਿੰਗ ਕਿਸ ਦੇ ਹੱਥ ਚ ਹੈ ਤੁਸੀਂ ਆਪ ਲੱਭੋ ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ ਗੱਬਰ ਭਾਈ ਧੰਨਵਾਦ ਭਾਈ ਜੀ ਬਹੁਤ ਖੂਬਸੂਰਤ ਸਤਰਾ ਬਿਆਨ ਕੀਤੀਆਂ ਤੁਸੀਂ ਬਹੁਤ ਮਤਲਬ ਮੈਨੂੰ ਲੱਗਦਾ ਜਿੱਦਾਂ ਦੀ ਸਾਡੀ ਫਿਲਮ ਦਾ ਥੀਮ ਹੈ ਜਿੱਦਾਂ ਦਾ ਇਸ ਫਿਲਮ ਦਾ ਥੀਮ ਹੈ ਉਹ ਤੁਸੀਂ ਚੰਦ ਕ ਸ਼ਬਦਾਂ ਚ ਹੀ ਕਹਿ ਗਏ ਬਹੁਤ ਔਖੀ ਹੁੰਦੀ ਹੈ ਇਹੋ ਜਿਹੀ ਫਿਲਮ ਲਿਖਣੀ ਉਹ ਇਸ ਕਰਕੇ ਲਿਖਣੀ ਔਖੀ ਹੁੰਦੀ ਹੈਗੀ ਆ ਕਿ ਹੱਥ ਕੰਬਦੇ ਹੁੰਦੇ ਆ ਕਿਉਂਕਿ ਜਦੋਂ ਤੁਸੀਂ ਇਹੋ ਜੀਆਂ ਚੀਜ਼ਾਂ ਲਿਖਦੇ ਹੋ ਤਾਂ ਤੁਹਾਡੇ ਦਿਲ ਦੇ ਵਿੱਚ ਖਿਆਲ ਇਹ ਵੀ ਚੱਲਦੇ ਹੁੰਦੇ ਆ ਆਫਟਰ 댓 ਉਹ ਤੋਂ ਬਾਅਦ ਕੀ ਹੋਏਗਾ ਕਿਵੇਂ ਲਿਖੀ ਕਿਉਂ ਲਿਖੀ ਆ ਬਸ ਭਾਈ ਕਿਤੇ ਨਾ ਕਿਤੇ ਆ ਰੋਜ਼ ਆਪਣੇ ਹਣਾ ਕਰਾਂ ਚ ਆਪਸ-ਪਾਸ ਦੇਖ ਰਿਹਾ ਹਾਲਾਤ ਮੈਂ ਵੀ ਨਹੀਂ ਕਹੂੰਗਾ ਬਹੁਤ ਖਰਾਬ ਨੇ ਪਰ ਕੁਝ ਵੀ ਠੀਕ ਵੀ ਨਹੀਂ ਹੈਗਾ ਤੇ ਲੈਰੇ ਮਤਲਬ ਜਿਹੜੀ ਗਲੀ ਚ ਮੈਂ ਰਹਿੰਦਾ ਸੀ ਜਿੱਥੇ ਮੇਰਾ ਬਚਪਨ ਬੀਤੇ ਆ ਹਣਾ ਵੀ ਨੌਜਵਾਨ ਮੁੰਡਾ ਸੀਗਾ ਦੋਸਤ ਸੀ ਮੇਰਾ ਬਿੰਦਰ ਉਹ ਸੁਸਾਈਡ ਕਰ ਗਿਆ ਸੀ ਉਹਨਾਂ ਦਾ ਕੁਝ ਉਹ ਕਾਲਜ ਸਾਡੇ ਚ ਜੌਬ ਕਰ ਉਥੇ ਜੌਬ ਕਰਦਾ ਸੀ ਲੈਰੀ ਕਾਲਜ ਚ ਬਾਰੇ ਸਰਕਾਰਾਂ ਦੀਆਂ ਆਪਸੀ ਰੰਜਿਸ਼ਾਂ ਕਰਕੇ ਸਾਡੇ ਲੈਰੇ ਬਹੁਤ ਵਧੀਆ ਪੋਲੀਟੈਕਨਿਕ ਕਾਲਜ ਸੀਗਾ ਪਹਿਲਾਂ ਵਧੀਆ ਚੱਲਦਾ ਸੀਗਾ ਹੁਣ ਉਹ ਠੱਪ ਪਿਆ ਬਿਲਡਿੰਗਾਂ ਕਰੋੜਾਂ ਅਰਬਾਂ ਰੁਪਏ ਲੱਗੇ ਹੁੰਦੇ ਨੇ ਕਿ ਉਹ ਐਵੇਂ ਪਈਆਂ ਨੇਗੀਆਂ ਤੇ ਉਸ ਤੋਂ ਬਾਅਦ ਹੁਣ ਪਿੱਛੇ ਜੇ ਕੈਂਸਰ ਤੋਂ ਪੀੜ ਸੀ ਇੱਕ ਹੋਰ ਨਰੇਸ਼ ਜੀ ਸੀਗੇ ਉਹ ਵੀ 2-4 ਦਿਨ ਪਹਿਲਾਂ ਉਹ ਵੀ ਦੁਨੀਆ ਨੂੰ ਛੱਡ ਗਏ ਤਾਂ ਇਦਾਂ ਹੀ ਆਪਣੇ ਹਰ ਦੂਜੇ ਦੀ ਜੇ ਘਰ 'ਚ ਕੁਛ ਨਾ ਕੁਛ ਇਦਾਂ ਦਾ ਵਾਪਰ ਰਿਆ ਕਿੰਨੀ ਆਪਣੇ ਦੋਸਤ ਮਿੱਤਰ ਨੇਗੇ ਵੀ ਜਿਹੜੇ ਆਪਣੇ ਨਾਲ ਅੱਜ ਨਹੀਂ ਹੈਗੇ ਵਾਈਟ ਪੰਜਾਬੀ ਜਦੋਂ ਲਿਖੀ ਸੀ ਜਿਨ੍ਹਾਂ ਨੂੰ ਮਿਲੇ ਸੀ ਹਣਾ ਕਈਆਂ ਨਾਲ ਆਪਾਂ ਗੱਲ ਸ਼ੇਅਰ ਕਰਦੇ ਆ ਵੀ ਯਾਰ ਕੁਛ ਐਦਾਂ ਦਾ ਸੋਚ ਰਿਆਂ ਤਾਂ ਕਿੰਨੇ ਇੱਕ ਸਾਲਾਂ ਦੀ ਗੱਲ ਹੈ 2019 ਚ ਲਿਖੀ ਆ ਪਹਿਲਾ ਡਰਾਫਟ ਤੇ ਅੱਜ ਆਪਾਂ 23 ਚ ਬੈਠੇ ਆ ਤਾਂ ਉਹਦੇ ਚ ਕਿੰਨੇ ਹੀ ਐਦਾਂ ਦੇ ਨਾਮ ਨੇ ਜਿਨ੍ਹਾਂ ਨੂੰ ਮਿਲਿਆ ਮਿਲਣਾ ਚਾਹੁੰਦਾ ਸੀਗਾ ਵੀ ਜਿਹੜੇ ਯਾਰ ਇਸ ਦੁਨੀਆ ਤੇ ਨਹੀਂ ਹੈਗੇ ਤਾਂ ਉਦੋਂ ਆਪਣੀ ਜ਼ਿੰਦਗੀ ਦਾ ਵੀ ਇੰਨਾ ਕੀ ਬਸ ਵਸਾਇਆ ਭਾਜਾ ਕਰ ਰਹੇ ਆ ਕੱਲ ਕੀ ਪਤਾ ਕੀ ਹੋਊਗਾ ਤਾਂ ਕਰਕੇ ਬਸ ਫਿਰ ਮੈਨੂੰ ਲੱਗਾ ਵੀ ਮਤਲਬ ਕਮਰਸ਼ੀਅਲ ਹਰ ਫਿਲਮ ਆਪਾਂ ਕਰਦੀਆਂ ਫਿਲਮਾਂ ਹੀ ਕਰਦੇ ਆ ਸ਼ੌਂਕ ਸੀ ਗਾਇਸ ਫੀਲਡ 'ਚ ਆਉਣ ਦਾ ਫਿਲਮਾਂ ਕਰਨ ਦਾ ਤੇ ਬਸ ਇਹ ਜਜ਼ਬਾਤ ਨੇ ਫਿਲਮਾਂ 'ਚ ਜਜ਼ਬਾਤ ਨੇ ਅਚਾਨਕ ਲਹਿਰੇ ਕਿਵੇਂ ਚੱਲ ਗਏ ਤੇ ਅਚਾਨਕ ਜ਼ਹਿਨ ਦੇ ਵਿੱਚ ਬਿੰਦਰ ਕਿਵੇਂ ਆ ਗਿਆ ਹੁਣ ਇਹ ਗੱਲਾਂ-ਗੱਲਾਂ 'ਚ ਹਾਂ ਕਿਉਂਕਿ ਸ਼ਾਇਦ ਤੁਸੀਂ ਸਵਾਲ ਪੁੱਛਿਆ ਵੀ ਸਫਰ ਹਨਾ ਕਿਵੇਂ ਲਿਖੀ ਵੀ ਹੱਥ ਨਹੀਂ ਕੰਮ ਦੇਤਾ ਸ਼ਾਇਦ ਉਹ ਖਿਆਲ ਬਈ ਪਿੰਡ ਲਿਆ ਜਾਂਦਾ ਤਾਂ ਕਈ ਮਤਲਬ ਮਿੱਤਰ ਪਿਆਰੇ ਸਾਰੀ ਆਪਾਂ ਕਿਉਂਕਿ ਸ਼ੁਰੂ ਉੱਥੇ ਹੀ ਹੁੰਨੇ ਆ ਬਾਈ ਜਿੱਥੇ ਆਪਾਂ ਸਾਰਾ ਬਚਪਨ ਜਵਾਨੀ ਜਿੱਥੇ ਦੇਖੀਆ ਲੰਘਾਈਆ ਤਾਂ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਜੜਾਂ ਮਤਲਬ ਆਪਣੀ ਸ਼ੁਰੂ ਆਪਾਂ ਜੜਾਂ ਤੋਂ ਹੀ ਹੁੰਨੇ ਆ ਜਦੋਂ ਅਸੀਂ ਦਿਲੋਂ ਗੱਲ ਕਰਦੇ ਆ ਤਾਂ ਹੀ ਉਹ ਸਾਹਮਣੇ ਵਾਲੇ ਦੇ ਦਿਲ ਦੇ ਵਿੱਚ ਵਾਸ ਕਰਦੀ ਹੈ ਹੈਨਾ ਮੈਨੂੰ ਤੁਸੀਂ ਬਚਪਨ ਜਵਾਨੀ ਤੇ ਹੁਣ ਮੈਨੂੰ ਇਹ ਤਿੰਨਾ ਤੱਕ ਲੈ ਕੇ ਚੱਲੋ ਤੇ ਮੈਨੂੰ ਦੱਸੋ ਕਿ ਕਿਵੇਂ ਤੁਸੀਂ ਇਸ ਚੀਜ਼ ਨੂੰ ਆਪਣੇ ਅੰਦਰ ਬਿਠਾਇਆ ਔਰ ਕਿਹੜੇ ਹਾਲਾਤਾਂ ਨੂੰ ਤੁਸੀਂ ਇਹੋ ਜਿਹਿਆਂ ਨੂੰ ਮਹਿਸੂਸ ਕੀਤਾ ਜਿੰਨੀ ਦੇਰ ਤੱਕ ਮਹਿਸੂਸ ਨਹੀਂ ਕਰੂੰਗੀ 19 ਦੇਰ ਤੱਕ ਚੀਜ਼ ਜਿਹੜੀ ਹੈਗੀ ਆ ਉਹ ਕ੍ਰਾਫਟ ਨਹੀਂ ਬਣਦੀ ਆ ਉਹ ਸਾਰੀਆਂ ਚੀਜ਼ਾਂ ਦੱਸੋ ਕੀ ਕੀ ਦੇਖਿਆ ਕਿਵੇਂ ਕਿਵੇਂ ਹੋਇਆ ਆ ਮਸਤਵਾਨਾ ਸਾ ਪੜਿਆ ਵੀਰੇ ਹਣਾ ਪਰ ਕੀ ਕਹਿੰਦੇ ਨੇਗੇ ਪੜਦੇ ਹੋਏ ਆਪਣੇ ਤੋਂ ਵੀ ਗਲਤੀਆਂ ਹੁੰਦੀਆਂ ਨੇਗੀਆਂ ਆਪਾਂ ਛੋਟੇ ਹੁੰਦੇ ਸ਼ੌਂਕ ਹੁੰਦਾ ਹਣਾ ਵੀ ਚਲੋ ਹੁਣ ਤਾਂ ਆਪਾਂ ਗਾਣਿਆਂ ਤੇ ਦੋਸ਼ ਲਾ ਦਿੰਨੇ ਆ ਗਨ ਕਲਚਰ ਕਹਿ ਦਿੰਨੇ ਆ ਹਣਾ ਆ ਉਦੋਂ ਇੰਨੇ ਜਿਆਦਾ ਆ ਮੋਬਾਈਲ ਇੰਨਾ ਕੁਝ ਉਹ ਹੈ ਨਹੀਂ ਸੀਗਾ ਮਸਤੋਆਣਾ ਸਾਹਿਬ ਕਦੋਂ ਪੜੇ ਸੀ ਤੁਸੀਂ ਹਾਂ 2003-4 ਕੁਚ 3-4 ਦੇ ਵਿੱਚ ਮਤਲਬ ਪਾਸ ਆਊਟ ਹੋਏ ਸੀਗੇ ਪਲੱਸ 2 ਵੀ ਮਸਤੋਆਣਾ ਸਾਹਿਬ ਕਿੱਥੋਂ ਕਿੱਥੇ ਪੜੇ ਪੜੇ ਕਿੱਥੋਂ ਮਸਤੋਆਣਾ ਸਾਹਿਬ ਅਕਾਲ ਡਿਗਰੀ ਕਾਲਜ ਮ ਪਲੱਸ 2 ਤੇ ਬੀਏ ਉਥੋਂ ਹੋਈ ਆਈ ਤੇ ਮਤਲਬ ਉਸੇ ਥਾਂ ਦਾ ਆਸ਼ੀਰਵਾਦ ਵੀ ਆ ਕਿਤੇ ਭਈ ਅੱਜ ਵੀ ਜਦੋਂ ਕਦੇ ਵੀ ਔਂਕੜਾਂ ਆ ਜਾਂ ਨਿਆ ਤਾਂ ਅੱਖਾਂ ਬੰਦ ਕਰਕੇ ਹਨਾ ਵੀ ਰੱਬ ਨੂੰ ਘੱਟ ਮੰਨੀ ਦਾ ਰੱਬ ਨੂੰ ਨਿਗਾਹ ਪਰ ਥਾਵਾ ਨੂੰ ਜਗਾਵਾ ਨੂੰ ਜਾਂ ਕੀ ਕਹਾਂਗੇ ਵੀ ਬਸ ਕੁਛ ਚੰਗੀਆਂ ਰੂਟਸ ਨੇ ਮਤਲਬ ਜੜ੍ਹਾਂ ਨੇ ਹਾਂਜੀ ਹਾਂ ਤੇ ਪਲੱਸ 2 ਉੱਥੋਂ ਕੀਤੀ ਪਲੱਸ 2 ਉੱਥੋਂ ਕੀਤੀ ਬੀਏ ਉੱਥੋਂ ਕੀਤੀ ਉਸ ਤੋਂ ਬਾਅਦ ਇੰਡੀਅਨ ਥੀਟਰ ਡਿਪਾਰਟਮੈਂਟ ਅ ਇੱਥੋਂ ਚੰਡੀਗੜ੍ਹ ਤੋਂ ਹੋ ਗਿਆ ਜੀ ਫਿਰ ਉਰਦੂ ਦਾ ਇੱਕ ਸਾਲ ਦਾ ਸਰਟੀਫਿਕੇਟ ਕੋਰਸ ਕੀਤਾ ਸੀਗਾ ਜੀ ਉਹ ਲਿਖਣ ਦਾ ਕਿਉਂਕਿ ਸ਼ੌਂਕ ਸੀਗਾ ਤਾਂ ਫਿਰ ਉਰਦੂ ਲੱਗਿਆ ਪਰ ਹੁਣ ਤਾਂ ਭੁੱਲ ਗਏ ਹੋਰ ਕੁਛ ਵੀ ਉਰਦੂ ਹੁਣ ਤਾਂ ਪਰ ਇੰਨਾ ਕਹ ਹੈਗੇ ਵੀ ਦੁਬਾਰਾ ਜਦੋਂ ਕਦੇ ਕਾਇਦਾ ਚੱਕ ਲਾਂਗੇ ਤਾਂ ਫੇਰ ਦੁਬਾਰਾ ਉਵੇਂ ਹੀ ਯਾਦ ਆ ਜੂ। ਠੀਕ ਜੀ ਦੱਸੋ ਤੁਹਾਡਾ ਗੀਤ ਆ ਸੀ ਗੈਂਗਸਟਰਸ ਉੱਤੇ ਹੈਨਾ? ਹਾਂਜੀ ਹਾਂਜੀ। ਉਹਦੇ 'ਚ ਤੁਸੀਂ ਲਿਖਿਆ ਕਿ ਪਲੱਸ 1 ਦੇ ਵਿੱਚ ਪਰਚਾ ਹੋ ਗਿਆ ਔਰ ਤੁਸੀਂ ਇੱਕ ਥਾਂ ਤੇ ਗੱਲ ਕੀਤੀ ਕਿ ਪਲੱਸ 2 ਤੇ ਵਿੱਚ ਤੁਸੀਂ ਫੇਲ ਹੋ ਗਏ ਸੀਗੇ। ਇਹ ਆਪਸ ਦੇ ਵਿੱਚ ਕੋਰਿਲੇਟ ਕਰਦੀਆਂ ਗੱਲਾਂ? ਨਹੀਂ ਨਹੀਂ ਉਹ ਅੱਡ ਨਹੀਂ। ਮਤਲਬ ਕਈ ਵਾਰ ਆਪਾਂ ਉਹ ਗੱਲ ਲਾਈਨ ਐਦਾਂ ਸੀਗੀ ਪਲੱਸ 1 ਦੇ ਵਿੱਚ ਹੋਈ ਪਹਿਲੀ ਲੜਾਈ ਮਾਰ ਗਈ। ਹੱਲਾਸ਼ੇਰੀ ਸਿਆਸਤ ਦੀ ਸ਼ਰਾਫਤ ਦੇ ਵਰਕੇ ਪਾੜ ਗਈ। ਸੰਗ ਮਰਮਰਤਾ ਬਣ ਹੋਇਆ ਨਾ ਮਿੱਟੀ ਦੇ ਸੰਗ ਮਰਮਰਤਾ ਬਣ ਹੋਇਆ ਨਾ ਮਿੱਟੀ ਵਿੱਚ ਰੋਲਣਾ ਚਾਹੁੰਦਾ ਆ ਗੈਂਗਸਟਰ ਤੇਰਾ ਪੁੱਤ ਮਾਇ ਪਿੰਡ ਮੋੜਨਾ ਚਾਹੁੰਦਾ ਆ ਤੇ ਪਲੱਸ 1 ਚ ਨਹੀਂ ਖੈਰ ਲੜਾਈਆਂ ਹੋਈਆਂ ਪਰਚੇ ਵੀ ਪਏ ਆਪਾਂ ਜਮੇ ਬਹੁਤ ਸਿੰਪਲ ਜਿਹਾ ਪਰਿਵਾਰ ਸੀਗਾ ਵੀ ਅ ਵੀ ਘਰ ਦੇ ਵੀ ਜਮੇ ਹੀ ਨਾਰਮਲ ਜਿਹਾ ਪਰਿਵਾਰ ਸੀਗਾ ਬਾਕੀ ਕੁਛ ਇਦਾਂ ਏਡਾ ਵੀ ਨਹੀਂ ਹੈਗਾ ਬਾਕੀ ਬਈ ਠੀਕ ਆ ਵੀ ਅੱਜ ਦਾ ਆਪਣਾ ਮੇਨ ਵੀ ਅ ਕੀ ਕਵਾਂਗੇ ਆਪਣਾ ਲਿਖਣ ਦਾ ਸ਼ੌਂਕ ਸੀਗਾ ਤੁਸੀਂ ਆਪਣੇ ਆਪ ਨੂੰ ਰੋਕ ਕੇ ਹੋ ਰਹੇ ਹੋ ਤੁਸੀਂ ਭਾਵੂ ਕੋ ਰਹੇ ਹੋ ਰੋਕ ਕੇ ਹੋ ਰਹੇ ਹੋ ਵੈਸੇ ਵੀ ਚਲੋ ਹਾਂ ਕਿਉਂਕਿ ਮੈਨੂੰ ਇਹ ਆ ਵੀ ਚਲੋ ਆਪਾਂ ਵਾਈਟ ਪੰਜਾਬ ਤੱਕ ਪਹੁੰਚ ਜਾਈਏ ਕਿਉਂਕਿ ਅ ਗੱਲਾਂ ਜ਼ਰੂਰੀ ਹੁੰਦੀਆਂ ਨੇ ਸਾਰੀਆਂ ਪਰ ਮੈਂ ਪਰ ਗੱਬਰ ਤੱਕ ਪਹੁੰਚਣਾ ਚਾਹੁੰਦਾ ਪਹਿਲਾਂ ਮੈਂ ਗੱਬਰ ਵਾਈਟ ਮੈਂ ਆਪ ਨੂੰ ਲੈ ਕੇ ਆ ਲੋਕ ਵਾਈਟ ਪੰਜਾਬ ਨੂੰ ਸੁਣ ਦੇਖਣਗੇ ਕੀ ਸੀਗਾ ਭਾਈ ਕੀ ਸੀਗਾ ਪਰਚੇ ਕੀ ਸੀਗੇ ਭਾਈ ਨਹੀਂ ਉਹ ਤਾਂ ਭਾਈ ਆਮ ਸਟੂਡੈਂਟਾਂ ਵਾਲੀਆਂ ਲੜਾਈਆਂ ਹੀ ਲਾ ਲੋ ਵੀ ਜਿਵੇਂ ਕੀ ਕਹਿੰਦੇ ਨੇ ਕਿ ਜੋ ਆਪਾਂ ਕਾਲਜ ਸਕੂਲ 'ਚ ਪੜਦੇ ਹੋਏ ਛੋਟਾ ਮੋਟਾ ਕੀ ਕਹਿੰਦੇ ਨੇ ਬੱਸਾਂ ਬੁੱਸਾਂ ਵਾਲੀਆਂ ਉਹ ਪਰ ਉਹਦੇ ਨਾਲ ਸਫਰ ਬਹੁਤ ਹੁੰਦਾ ਬੰਦਾ ਹਰ ਚੀਜ਼ ਨਾਲ ਤੇ ਖੈਰ ਉਹ ਕੋਈ ਮੈਂਸਰ ਠੀਕ ਹੈ ਉਹਨਾਂ ਨੇ ਸਿਖਾਇਆ ਹੀ ਆ ਮੈਨੂੰ ਲੱਗਦਾ ਵੀ ਜੇ ਹਾਂਜੀ ਹਾਂ ਕੁੱਟ ਖਾਦੀ ਵੀ ਤੇ ਕੁੱਟਿਆ ਵੀ ਭਾਈ ਚਲੋ ਏ ਟੱਚ ਵੱਡ ਵੀ ਕੁੱਟ ਨਹੀਂ ਕਦੇ ਪਈ ਸੀ ਮੇਰਾ ਦੋਸਤ ਹੁੰਦਾ ਸੀ ਗਰਦੀਪ ਗਰਦੀਪ ਨਾਲ 2007-08 ਤੋਂ ਉਹ ਮੈਂ ਉਹਦੇ ਵਿਆਹ ਤੇ ਨਹੀਂ ਜਾ ਸਕਿਆ ਸੀਗਾ ਸਿਸਟਰ ਦੇ ਵਿਆਹ ਤੇ ਵੀ ਨਹੀਂ ਜਾ ਸਕਿਆ ਗਰਦੀ ਵੀਰੇ ਵਾਲੇ ਵਾਲੇ ਪਾਸਿਓਂ ਤਾਂ ਉਹਨੂੰ ਇਸ ਗੱਲ ਦਾ ਥੋੜਾ ਜਿਹਾ ਉਹਦੇ ਦਿਲ 'ਚ ਸੀਗਾ ਵੀ ਯਾਰ ਮੇਰੇ ਵਿਆਹ ਤੇ ਨਹੀਂ ਆਵੀ ਉਦੋਂ ਮੈਂ ਨਵੇਂ ਨਵੇਂ ਕੰਮ ਸ਼ੁਰੂ ਕੀਤਾ ਸੀ ਇੱਥੇ ਪਹਿਲੀਆਂ ਦੂਜੀਆਂ ਫਿਲਮਾਂ ਸੀਗੀਆਂ ਤਾਂ ਉਹਨੂੰ ਨਾਲਦਿਆਂ ਨੇ ਕਹਿੰਦਾ ਵੀ ਹੁਣੇ ਤੇਰੇ ਵਿਆਹ ਤੇ ਨਹੀਂ ਆ ਲੱਕੀ ਦੇ ਤੇ ਆਊਗਾ ਤੇ ਕੁਦਰਤੀ ਮੈਂ ਲੱਕੀ ਦੇ ਵਿਆਹ ਤੇ ਚਲਾ ਗਿਆ ਕਿਉਂਕਿ ਉਦੋਂ ਵੇਲੇ ਹੀ ਸੀਗੇ ਤਾਂ ਉਹ ਕਿਤੇ ਨਾ ਕਿਤੇ ਸਾਡੇ 'ਚ ਬਿਨਾਂ ਗੱਲਾਂ ਚਲੋ ਉਹ ਦੋਸਤਾਂ ਵਾਲੀਆਂ ਉਸ ਉਮਰ ਦੀਆਂ ਇੱਕ ਉਹ ਹੁੰਦੀਆਂ ਨਗੀਆਂ ਤੇ ਖਾਸੀ ਟਾਈਮ ਤੋਂ ਗਰਦੀਪ ਨਾਲ ਕਾਫੀ ਸਾਲਾਂ ਬਾਅਦ ਹੁਣ ਦੁਬਾਰਾ 2023 ਚੀ ਮੁਲਾਕਾਤ ਹੋਈ ਮਤਲਬ ਹੁਣ ਸਾਡੇ ਗਰੁੱਪ ਨੇ ਰਜਾਮੰਦੀ ਕਰਾਈ ਜਿਹੜੀ ਨਾਰਾਜ਼ਗੀ ਦੂਰ ਹੋ ਗਈ ਹਾਂਜੀ ਹਾਂ ਤਾਂ ਉਹ ਗਰਦੀਪ ਦਾ ਜ਼ਿਕਰ ਕਿਉਂ ਆਇਆ ਜਿਹੜਾ ਤੁਹਾਡਾ ਸਵਾਲ ਸੀ ਮੈਂ ਗਰਦੀਪ ਨੂੰ ਕਹਿੰਦਾ ਹੁੰਦਾ ਸੀ ਮੈਂ ਕਿ ਯਾਰ ਹੱਥ ਤਾਂ ਖੁੱਲ ਗਿਆ ਵੀ ਜਿੱਦੇ ਕਦੇ ਪਏ ਵੀ ਆਪਾਂ ਇੱਕ ਕੁੱਟ ਖਾਧੇ ਨਹੀਂ ਵੀ ਆਪਾਂ ਕਿਉਂਕਿ ਲਹਿਰਾ ਸੀ ਲਹਿਰੇ ਦੇ ਨਾਲ ਜੱਖਲਾ ਹਰਿਆਣਾ ਨਾਲ ਹੀ ਲੱਗਦਾ ਤਾਂ ਮੈਂ ਕਹਿੰਦਾ ਹੁੰਦਾ ਸੀ ਉਹਨੇ ਚੌੜਚ ਮੈਂ ਕਿ ਗਰਦੀਪ ਵੀਰੇ ਆਪਾਂ ਐ ਕਰੀਏ ਹਰਿਆਣਾ ਦੇ ਡੁੰਗੇ ਜਿੱਚ ਲੰਘ ਜਾਨਾ ਕਿਤੇ ਕੁੱਟ-ਕਟ ਖਾਇਆ ਹੀ ਏ ਬਚ ਬਚਦੇ ਹੀ ਰਹੇ ਭਾਈ ਮਾੜਾ ਮੋਟਾ ਦਾ ਚਲੋ ਤੁਹਾਨੂੰ ਪਤਾ ਹੀ ਆ ਬਾਈ ਜਦੋਂ ਗਲਤ ਕੰਮ ਕਰੋਗੇ ਤਾਂ ਫਿਰ ਉਹਦਾ ਇਨਾਮ ਗਲਤ ਮਿਲਦਾ ਵੀ ਆ ਸਾਰਾ ਕੁਝ ਹੁੰਦੀਆਂ ਨੇ ਚੀਜ਼ਾਂ ਨਾਨ ਮੈਡੀਕਲ ਚੁਣ ਲਈ ਸੀ ਤੁਸੀਂ ਹਾਂ ਮੈਂ ਪਲੱਸ ਪਲੱਸ 1 ਨਾਨ ਮੈਡੀਕਲ ਪਲੱਸ 2 ਵੀ ਨਾਨ ਮੈਡੀਕਲ ਹੀ ਕੀਤੀ ਉਦੋਂ ਕਰਦੇ ਆ ਨਹੀਂ ਸਮਝਾਇਆ ਵੀ ਨਾ ਲੈ ਪਤਾ ਵੀ ਉਹਨਾਂ ਨੂੰ ਕੋਈ ਆਪਦੇ ਜਵਾਬ ਦਾ ਜਿਵੇਂ ਪਤਾ ਹੀ ਹੁੰਦਾ ਉਹਨਾਂ ਨੂੰ ਤਾਂ ਮੈਂ ਗਲਤ ਨਹੀਂ ਸੀ ਇੰਨਾ ਗਲਤ ਨਹੀਂ ਸੀਗਾ ਹਾਂ ਇੱਕ ਆਪਣੇ ਮਤਲਬ ਥੋੜੇ ਉੱਥੇ ਕੈਮਰੇ ਵੀ ਜ਼ਿਆਦਾ ਹੁੰਦੇ ਨੇ ਜਿੱਡਾ ਛੋਟਾ ਪਿੰਡ ਸ਼ਹਿਰ ਉੱਥੇ ਉਨੀਆਂ ਗੱਲ ਹਨਾ ਕੁਇਕ ਸਰਵਿਸ ਹੁੰਦੀ ਆ ਵੀ ਜਿਵੇਂ ਮੌਤ ਤੋਂ ਮੌਤ ਹਾਂ ਹੀ ਹਾਂ ਵੀ ਜਿਵੇਂ ਜਦੋਂ ਕਾਲਜ ਚ ਲੱਗੇ ਤਾਂ ਕੰਗੀ-ਕੁੰਗੀ ਜੀ ਆਪਾਂ ਬੰਦਾ ਨਾਰਮਲ ਜੇਬ ਚ ਰੱਖ ਲੈਂਦਾ ਸੰਗਰੂਰ ਕਦੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਤੇ ਕੰਗੀ ਕਰਨੀ ਘਰੇ ਪਹਿਲਾਂ ਖਬਰ ਪਹੁੰਚੀ ਹੁੰਦੀ ਵੀ ਟੋਡਾ ਮੁੰਡਾ ਉੱਥੇ ਕੰਗੀ ਕਰ ਰਿਹਾ ਸੀਗਾ ਵੀ ਉੱਥੇ ਮਤਲਬ ਜਿਹੜਾ ਆਪਣਾ ਸਿਸਟਮ ਇੰਨੇ ਫਾਸਟ ਨੇ ਤਾਂ ਮੈਂ ਇਹ ਮੋਬਾਈਲ ਯੁੱਗ ਤੋਂ ਪਹਿਲਾਂ ਦੀਆਂ ਗੱਲਾਂ ਕਰ ਰਿਹਾ ਨਾਰਮਲ ਤੇ ਲੜਾਈ ਝਗੜੇ ਦੀਆਂ ਗੱਲਾਂ ਘਰੇ ਪਹੁੰਚਦੀਆਂ ਸੀ ਹਾਂ ਮੇਰੇ ਬੇ ਮਾੜੀ ਜੀ ਔਖੀ ਲੰਗੀ ਆ ਜ਼ਿੰਦਗੀ ਦੀ ਬੀਏ ਚ ਬਹੁਤ ਲੰਬੇ ਹੁੰਦੇ ਸੀਗੇ ਵੀ ਉਹ ਮੈਨੂੰ ਅੱਜ ਤੱਕ ਨਹੀਂ ਸਮਝਾਉਂਦਾ ਮੈਨੂੰ ਲੱਗਦਾ ਹੁੰਦਾ ਸਮਾਂ ਹੀ ਹੁੰਦਾ ਇਨਸਾਨ ਦਾ ਵੀ ਚੰਗਾ ਤੇ ਮਾੜਾ ਇਹਦੀ ਇੱਕ ਛੋਟੀ ਜੀ ਐਗਜ਼ਾਮਪਲ ਹੈ ਮੈਂ ਸਨਾਮ ਰੇਲਵੇ ਸਟੇਸ਼ਨ ਤੇ ਮੈਂ ਗੱਡੀ ਡੀਕਰੇ ਸੀਗੇ ਰੇਲਵੇ ਸਟੇਸ਼ਨ ਤੇ ਖੜਾ ਤੇ ਮੈਂ ਇੱਕ ਜਿਵੇਂ ਰੇਲਵੇ ਸਟੇਸ਼ਨਾਂ ਤੇ ਉਹ ਹੁੰਦੇ ਨੇ ਰਸਤੇ ਜੇ ਬਣੇ ਹੁੰਦੇ ਨੇ ਤਿੰਨ ਰਸਤੇ ਜੇ ਹੁੰਦੇ ਨੇਗੇ ਆਰਚਾਂ ਜੀਆਂ ਬਣੀਆਂ ਹੁੰਦੀਆਂ ਨੇ ਤਾਂ ਮੈਂ ਸਾਈਡ ਜੀ ਤੇ ਗਰਮੀ ਆ ਜੇ ਦਿਨ ਮਿੱਠੀ ਮਿੱਠੀ ਹਵਾ ਮੈਂ ਕੰਦਜੀ ਨਾਲ ਲੱਗਿਆ ਖੜਾ ਇੱਕ ਬੰਦਾ ਆਇਆ ਅਣਕਾਹੀਆਂ ਲੱਗੀਆਂ ਹੋਈਆਂ ਮੈਨੂੰ ਕਹਿੰਦਾ ਬਾਈ ਮੈਂ ਲੰਗਣਾ ਐ ਸਾਈਡ ਤੇ ਮੈਂ ਕਹਾ ਵੀਰੇ ਇਧਰੋਂ ਲੰਘ ਜਾ ਉਧਰੋਂ ਲੰਘ ਜਾ ਵੀ ਸਾਰਾ ਰਾਹ ਪਿਆ ਉਹ ਕਹਿੰਦਾ ਨਹੀਂ ਇੱਥੇ ਹੀ ਲੰਗਣਾ ਮੇਰਾ ਦੋਸਤ ਰਿੰਕੂ ਸੀਗਾ ਜਤਿੰਦਰਪਾਲ ਤਾਂ ਮੈਨੂੰ ਉਹ ਕਹਿੰਦਾ ਹੁੰਦਾ ਜੀ ਵੀ ਵੀਰੇ ਵੀ ਆਪਾਂ ਵੀ ਲੜਨਾ ਨਹੀਂ ਕਿਸੇ ਨਾਲ ਉਹਨੇ ਸੌਂਪਾਈ ਹੋਈ ਸੀ ਮੈਂ ਉਹਨੂੰ ਕਹਾ ਵੀਰੇ ਨੂੰ ਮੈਂ ਵੀਰੇ ਇੱਕ ਮਿੰਟ ਉਰੀ ਰੁਕ ਜਾ ਤਾਂ ਮੈਂ ਉਹਨੂੰ ਜਤਿੰਦਰਪੁਰਾ ਬੈਠਾ ਜੀਗਾ ਰਿੰਕੂ ਨੂੰ ਮੈਂ ਬੁਲਾ ਕੇ ਲਿਆ ਮੈਂ ਕਹਾ ਯਾਰ ਵੀ ਆ ਵੀਰੇ ਨੂੰ ਵੀ ਮੈਂ ਉਰੇ ਖੜਾ ਐ ਵੀਰੇ ਨੇ ਉਰੋਂ ਹੀ ਲੰਗਣਾ ਤਾ ਮੈਨੂੰ ਲੱਗਦਾ ਹੁੰਦਾ ਵੀ ਕਈ ਵਾਰ ਤੁਸੀਂ ਲੜਦੇ ਨਹੀਂ ਹੁੰਦੇ ਲੜਾਈਆਂ ਤੁਹਾਡੇ ਗਲ ਪੈਰੀਆਂ ਹੁੰਦੀਆਂ ਨੇਗੀਆਂ ਬਈ ਇੰਨਾ ਹੀ ਰਾਹਾਂ ਤੋਂ ਮੋੜ ਲਈ ਉਹ ਗੀਤ ਸੀਗਾ ਗੈਂਗਸਟਰ ਤੇਰਾ ਪੁੱਤ ਮਾਇ ਪਿੰਡ ਮੜਨਾ ਚਾਹੁੰਦਾ ਆ ਕਿਉਂਕਿ ਆਪਣੇ ਪੰਜਾਬ 'ਚ ਆਪਾਂ ਬਗੀ ਸੁਭਾਅ ਦੇ ਹੁੰਨੇ ਆ ਸਾਰੇ ਸਾਰਿਆਂ ਦੇ ਦਿਲ 'ਚ ਹੁੰਦਾ ਵੀ ਕੁਛ ਕਰ ਗੁਜਰਨ ਦਾ ਜਨੂਨ ਆਪਣੇ 'ਚ ਸੁਭਾਅ 'ਚ ਮਤਲਬ ਇੱਕ ਕੁਛ ਕਰਨ ਦਾ ਬਸ ਜਨੂਨ ਹੁੰਦਾ ਫਿਰ ਉਹ ਉਹ ਗਰਮ ਖਿਆਲੀ ਗਰਮ ਜੋਸ਼ੀ ਚਾਹੇ ਗਲਤ ਪਾਸੇ ਲਾ ਲੋ ਚਾਹੇ ਸਹੀ ਪਾਸੇ ਲਾ ਲੋ ਕਾਫੀ ਖੁਸ਼ਕਿਸਮਤ ਨੇ ਵੀ ਜਿਹੜੇ ਵਿਗੜ ਸਕਦੇ ਸੀਗੇ ਹਨਾ ਤੇ ਵੀ ਦੋ ਦੋਸਤ ਸੀਗੇ ਬਹੁਤ ਜਿਗਰੀ ਯਾਰ ਸੀਗੇ ਕਰਤਾਰ ਬਾਈ ਇਹ ਕਹ ਲੋ ਉਹਨਾਂ ਦਾ ਦੂਜਾ ਸਾਥੀ ਜਦੋਂ ਮੈਂ ਵੀਰੇ ਨੂੰ 11ਵੀਂ ਵਾਰ 11ਵਿਕ ਚ ਹੀ ਮਿਲਿਆ ਸੀ ਕਰਤਾਰ ਬਾਈ ਨੂੰ ਕਾਲਜ ਚ ਕਰਤਾਰ ਚ ਮੈਂ ਵੀਰੇ ਨੂੰ ਤਾਂ ਜਿਹੜਾ ਬਾਈ ਦੇ ਨਾਲ ਮਿੱਤਰ ਹੁੰਦਾ ਸੀ ਅੱਜ ਉਹ ਦੁਨੀਆ ਤੇ ਹੈ ਨਹੀਂਗਾ ਉਹ ਵੀ ਚਲੋ ਉਹੀ ਜਿਵੇਂ ਜੋ ਆਪਾਂ ਬਦਮਾਸ਼ੀਆਂ ਕਰਾਂਗੇ ਉਹਨਾਂ ਦੇ ਉਹੋ ਜਿਹੇ ਰਿਜ਼ਲਟਸ ਹੁੰਦੇ ਨੇਗੇ ਤਾਹੀ ਚੀਜ਼ਾਂ ਹੈਗੀਆਂ ਨੇ ਕਿ ਵੀ ਕੁਝ ਬੰਦੇ ਉੱਥੇ ਆਪਣੇ ਆਪ ਨੂੰ ਸਾਂਭ ਲੈਂਦੇ ਨੇ ਤੇ ਕੁਝ ਉਹਨਾਂ ਰਾਹਾਂ ਤੇ ਲੰਘ ਜਾਂਦੇ ਨੇਗੇ। ਪਲੱਸ 2 ਫੇਲ ਕਿਉਂ ਹੋਇਸੀ ਤੁਸੀਂ? ਪਲੱਸ 2 ਥੋੜਾ ਜਿਆਦਾ ਉਹ ਬਿਜ਼ੀ ਜ਼ਿਆਦਾ ਰਹਿੰਦੇ ਸੀ, ਕੰਮ ਬਹੁਤ ਹੁੰਦੇ ਸੀ, ਸਰਕਲ ਵਧੀਆ ਸੀਗਾ ਤੇ ਕੀ ਕਹਿੰਦੇ ਨੇ ਕਿ ਮੈਂ ਗੱਲ ਦੱਸ ਕੇ ਨਾ ਮੈਨੂੰ ਖੁਸ਼ੀ ਮਿਲਦੀ ਆ ਕਿਉਂਕਿ ਉਦੋਂ ਜਦੋਂ ਆਪਾਂ ਬੱਚੇ ਹੁੰਨੇ ਆ ਆਪਣੇ ਜ਼ਿਹਨ 'ਚ ਹਜ਼ਾਰ ਤਰ੍ਹਾਂ ਦੇ ਖਿਆਲ ਆਉਂਦੇ ਨੇਗੇ ਹਨਾ। ਅ ਦੁੱਖ ਹੁੰਦਾ ਜਦੋਂ ਪੜੀ ਦਾ ਕੋਈ ਵੀ ਉਹ ਫੇਲ ਹੋ ਗਿਆ ਸੀ ਆ ਉਹਨੇ ਸੁਸਾਈਡ ਕਰ ਲਿਆ ਕੁਝ ਹੋਰ ਉਹੀ ਚੱਕਰ ਇਹ ਹੈ ਨਾ ਕਿ ਹੁਣ ਕਈ ਲੋਕਾਂ ਦੇ ਲਈ ਫੇਲ ਹੋਣਾ ਜਾਂ ਫੇਲੀਅਰ ਦੀ ਜਿਹੜਾ ਡੈਫੀਨੇਸ਼ਨ ਹੈ ਨਾ ਉਹ ਤੁਸੀਂ ਕਰੋ ਕੰਪਲੀਟ ਇਹਦੇ ਨਾਲ ਇੱਕ ਬਹੁਤ ਇੰਟਰਸਟਿੰਗ ਹੈ ਕਿਉਂ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਨੇ ਜਦੋਂ ਰਿਜ਼ਲਟਸ ਆਉਂਦੇ ਨੇਗੇ ਤਾਂ ਆਪਣਾ ਘਰ ਸੈਂਟਰ ਜਿੱਥੇ ਪੈਂਦਾ ਸੀ ਗੁਰਦਾਸਪੁਰੋਂ ਲੁਧਿਆਣੇੋਂ ਪਟਿਆਲੇੋਂ ਸਮਝ ਲਓ ਰਿਸ਼ਤੇਦਾਰੇ ਆਏ ਹੋਏ ਸੀਗੇ ਵੀ ਜਿਵੇਂ ਭੂਆ ਹੋਰੀ ਆਏ ਹੋਏ ਸੀਗੇ ਤੇ ਹੋਰ ਵੀ ਰਿਲੇਟਿਵਸ ਆਏ ਹੋਏ ਸੀਗੇ ਰਿਜ਼ਲਟ ਆ ਗਿਆ ਹਨਾ ਹੁਣ ਆਪਾਂ ਦਾ ਬਈ ਹੱਥੀ ਪੇਪਰ ਦਿੱਤੇ ਸੀ ਆਪਾਂ ਦਾ ਰਿਜ਼ਲਟ ਪਹਿਲਾਂ ਹੀ ਪਤਾ ਸੀਗਾ ਵੀ ਕੀ ਹੋਣਾ ਤੇ ਉਹ ਮੈਨੂੰ ਕਹਿਣ ਵੀ ਪਤਾ ਕਰਕੇ ਆ ਹਨਾ ਫੇਰ ਮੈਂ ਕਿਹਾ ਯਾਰ ਜੇ ਲੈ ਰਿਓ ਪੁੱਛਿਆ ਵੀ ਸਾਡੇ ਉਥੇ ਸੱਤੂ ਆ ਵੀਰਾ ਕਿਤਾਬਾਂ ਵਾਲਾ ਤੇ ਮੈਂ ਕਿਹਾ ਯਾਰ ਸੱਤੂ ਨੇ ਤਾਂ ਸਾਰੇ ਉਥੇ ਅਫਵਾਹ ਡਾਲ ਦੇਣੀ ਆ ਤੇ ਮੈਂ ਚਲੋ ਬਈ ਟਾਲ ਟੋਲ ਕੇ ਮੈਂ ਸੰਗਰੂਰ ਮਿੱਤਰ ਨੂੰ ਫੋਨ ਫਾਨ ਲਾਇਆ ਉਹ ਕਹਿੰਦਾ ਬਾਈ ਉੱਡ ਗਏ ਮੈਂ ਕਿਹਾ ਉੱਡ ਗਏ ਮੈਂ ਕਿਹਾ ਯਾਰ ਪਤਾ ਹੀ ਸੀਗਾ ਤੇ ਫੇਰ ਪਹਿਲਾਂ ਤਾਂ ਵੀ ਅਸੀਂ ਉਹ ਦੇਖੀ ਵੀ ਉਹ ਰਿਜ਼ਲਟ ਕਾਰਡ ਜਿਆ ਡਾਕੀ ਰਾਹੀ ਆਉਂਦਾ ਹੁੰਦਾ ਸੀਗਾ ਵੀ ਉਹ ਨਿਗਾਰ ਰੱਖੀ ਵੀ ਡਾਕੀ ਆ ਕਿਤੇ ਮਗਰੋਂ ਨਾ ਫੜਾ ਜੇ ਦੂਜਾ ਫਿਰ ਮੈਂ ਕਹਿਆ ਯਾਰ ਵੀ ਫੇਲ ਤਾਂ ਹੋ ਗਏ ਵੀ ਹੁਣ ਇਹ ਏਡੀ ਗੱਲ ਦੱਸੀ ਤਾਂ ਨਹੀਂ ਜਾਣੀ ਮੈਂ ਜਾਂਦਾ ਜਾਂਦਾ ਸਾਡੇ ਰਤਨਾ ਅੰਕਲ ਸੀਗਾ ਉਹਨਾਂ ਦੀ ਹਲਵਾਈ ਦੀ ਉਹ ਹੈਗੀ ਆ ਤਾਂ ਮੈਂ ਰਤਨੇ ਬਾਈ ਦੇਉ ਗਲਾਬ ਜਮਨਾਂ ਦਾ ਡੱਬਾ ਫੜਿਆ ਘਰ ਜਾ ਕੇ ਰਿਸ਼ਤੇਦਾਰਾਂ ਨੂੰ ਖਵਾਤਾ ਉਹ ਪੁੱਛਣ ਪਰਸੈਂਟੇਜ ਕਿੰਨੀ ਆਈ ਮੈਂ ਯਾਰ ਤੁਸੀਂ ਅੰਬ ਖਾਓ ਗੁੱਟ ਲੀਆਂ ਕਿਉਂ ਗਿਣਦੇ ਹੋ ਪਰ ਮੈਂ ਝੂਠ ਬਈ ਛੋਟੇ ਹੁੰਦੇ ਤੋਂ ਨਹੀਂ ਬੋਲਦਾ ਸੀਗਾ ਮੈਂ ਉਦੋਂ ਵੀ ਮੂੰਹੋਂ ਕਦੇ ਨਹੀਂ ਕਹਾ ਵੀ ਮੈਂ ਪਾਸ ਹੋ ਗਿਆ ਠੀਕ ਹੈ ਜੀ ਤੇ ਬਸ ਐ ਲਾ ਲਓ ਵੀ ਕੁਛ ਕੁਸ ਵੀ ਬਸ ਉਹ ਗੱਲਾਂ ਹੁੰਦੀਆਂ ਨੇ ਫਿਰ ਮੈਂ ਇੱਕ ਦਿਨ ਮਾਤਾ ਕੱਪੜੇ ਧੋਈ ਜਾਵੇ ਮੈਂ ਦੱਸਿਆ ਨਾ ਬੀਬੀ ਮੈਂ ਫੇਲ ਹੋ ਗਿਆ ਸੀ ਉਹ ਕਹਿੰਦੇ ਯਾਰ ਸਾਨੂੰ ਪਤਾ ਹੀ ਸੀਗਾ ਵੀ ਤੇਰੇ ਵੀ ਇੰਨਾ ਕੁ ਪਤਾ ਹੀ ਹੁੰਦਾ ਵੀ ਕਿਤੇ ਨਾ ਕਿਤੇ ਕਿਉਂਕਿ ਉਦੋਂ ਫਿਰ ਉਹ ਸੈਡ Song ਜੇ ਲਾ ਕੇ ਐਂ ਦੇ ਪਾਈ ਰਹਿੰਦੇ ਸੀ ਬਾਈ ਫੇਲ ਹੋ ਕੇ ਕਿਹੜਾ ਸੈਡ Song ਹੁੰਦੇ ਜੀ ਉਹ ਤੋਂ ਬਾਈ ਸੈਡ Song ਕਈ ਸੀਗੇ ਮਤਲਬ ਦਵਿੰਦਰ ਕੋਹਨੂਰ ਬਾਈ ਉਹ ਬਹੁਤ ਸੋਨੇ ਨੇ ਤੁਸੀਂ ਹੁਣ ਇਸ਼ਾਰਾ ਕੀਤਾ ਇੱਕ ਮਾਤਾ ਕੱਪੜੇ ਤੋਂ ਹੁੰਦੀ ਹੁੰਦੀ ਸੀ ਹਾਂਜੀ ਹਾਂਜੀ ਇਦਾਂ ਥਾਪੀ ਨਾਲ ਹਾਂ ਹਾਂ ਉਹ ਇੱਕ ਇਮੇਜ ਸਾਡੇ ਡਿਜ਼ਾਈਨ ਚ ਸੀਗੀ ਤਾਂ ਹੀ ਤੁਸੀਂ ਉਹ ਇਸ਼ਾਰਾ ਕੀਤਾ ਹੈ ਨਾ ਹਾਂਜੀ ਹਾਂ ਔਰ ਅੱਜ ਹਾਲਾਤ ਕੁਝ ਹੋਰ ਨੇ ਕਿੱਦਾਂ ਦੇਖਦੇ ਹੋ ਵਧੀਆ ਭਾਈ ਸਾਰਾ ਕੁਝ ਬਹੁਤ ਕੀ ਕਹਿੰਦੇ ਨੇ ਗਏ ਜਦੋਂ ਇਸ ਲਾਈਨ ਚ ਆਏ ਸੀ ਸਿਰਫ ਗਾਣੇ ਸੁਣਦੇ ਆਏ ਸੀ ਗਾਣੇ ਸੁਣਦੇ ਸੀ ਗਾਣਿਆਂ ਤੱਕ ਦੀ ਸੋਚ ਸੀਗੀ ਵੀ ਮੈਂ ਕੁਦਰਤ ਦਾ ਹਜ਼ਾਰ ਵਾਰ ਧੰਨਵਾਦ ਕਰਦਾ ਹੁਣ ਵੀ ਯਾਰ ਉਨੇ ਇਹੇ ਜੀ ਥਾਂ ਤੇ ਬਿਠਾਤੇ ਜਿੱਥੇ ਆਪਾਂ ਆਪਦੇ ਵੀ ਸੁਪਨੇ ਜੀ ਰਹੇ ਆ ਨਾਲ ਆਪਾਂ ਕਿੰਨੇ ਹੋਰ ਜਣਿਆਂ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਰਹਿੰਨੇ ਆ ਤੇ ਹੁੰਦੇ ਵੀ ਨਗੇ ਫਿਲਮ ਦੌਰਾਨ ਕਦੀ ਜਾਂ ਇਸ ਤੋਂ ਪਹਿਲਾਂ ਕਦੀ 1 ਟੂ 1 ਕਾਨਵਰਸੇਸ਼ਨ ਪਹਿਲੇ ਤਾਂ ਯਾਰ ਮੈਨੂੰ ਇਹ ਦੱਸੋ ਕਿ ਬਾਈ ਜਿਹੜਾ ਇਹ ਨਾਮ ਇਹ ਜਿਹੜਾ ਸ਼ਬਦ ਜਿਹੜਾ ਪ੍ਰਚਲਿਤ ਹੋ ਗਿਆ ਗੈਂਗਸਟਰ ਇੱਕ ਮਾਮੂਲੀ ਜਾਂ ਕ੍ਰਿਮੀਨਲ ਵੀ ਉਹਨੂੰ ਗੈਂਗਸਟਰ ਕਹਿ ਕੇ ਜਦੋਂ ਤੁਸੀਂ ਕੈਨਾ ਸ਼ੁਰੂ ਕਰ ਦਿੰਨੇ ਹੋ ਤਾਂ ਉਹਦੇ ਅੰਦਰ ਵੀ ਕੋਈ ਇੱਕ ਭਾਵਨਾ ਜਾਗਦੀ ਹੋਏਗੀ ਔਰ ਉਸ ਚੀਜ਼ ਨੂੰ ਨੈਕਸਟ ਲੈਵਲ ਲੈ ਕੇ ਜਾਂਦਾ ਹੈ ਬਈ 10 ਨੰਬਰ ਹੀ ਇਹ ਪਹਿਲਾਂ 9 ਚੱਲਦਾ ਸੀਗਾ ਹਨਾ ਵੀ ਆਪਾਂ ਕਿਸੇ ਨੂੰ 10 ਨੰਬਰੀਆ ਕਹਾਂਗੇ ਮੈਨੂੰ ਨਹੀਂ ਲੱਗਦਾ ਉਹ ਐਡਾ ਚੌੜਾ ਜਾਂ ਹੁੰਦਾ ਹੋਊਗਾ ਅੱਜ ਦੇ ਟਾਈਮ 'ਚ ਉਹ ਤਾਂ 1420 ਆ ਹਾਂ ਹਾਂ ਪਹਿਲਾਂ ਇੱਕ ਆਪਦੇ ਹਿਸਾਬ ਨਾਲ ਕਿਉਂਕਿ ਪਿੰਡ 'ਚ ਕੋਈ ਅੱਦਾਂ ਇਹ ਜਿਹਾ ਹੁੰਦਾ ਸੀਗਾ ਉਹਨੂੰ ਕੋਈ ਛੇਤੀ ਮੂਹ ਨਹੀਂ ਲਾਉਂਦਾ ਸੀਗਾ ਉਹਨੂੰ ਵੀ ਅੱਡ ਜੀ ਉਹ ਆਪਦੀ ਮਸਤੀ 'ਚ ਤੁਰਿਆ ਰਹਿੰਦਾ ਨਸ਼ਾ ਪੱਤਾ ਲੈਂਦਾ ਸੀਗਾ ਪਰ ਮੀਡੀਆ ਇਹਦੇ 'ਚ ਬਹੁਤ ਵੱਡਾ ਯੋਗਦਾਨ ਮੀਡੀਆ ਦਾ ਹੀ ਹੈ ਵੀ ਮੀਡੀਆ ਇੱਕ ਆਮ ਜਿਹੇ ਬੰਦੇ ਨੂੰ ਉਹਨੇ ਦੋ ਮਾੜੇ ਕਾਹਨ ਕਿਤੇ ਹੁੰਦੇ ਨੇ ਹਨਾ ਮੀਡੀਆ ਉਹਨੂੰ ਵੱਡਾ ਬਣਾ ਦਿੰਦਾ ਹੈ ਹੋ ਸਕਦਾ ਇਹਨਾਂ ਦੇ ਮਗਰਬਈ ਏਜੰਸੀਆਂ ਵੀ ਬੈਠੀਆਂ ਹੋਣ ਕਿਉਂਕਿ ਮੀਡੀਆ ਸਰਕਾਰਾਂ ਦੁਆਰਾ ਕੰਟਰੋਲਡ ਹੁੰਦਾ ਹੈ ਤੇ ਏਜੰਸੀਆਂ ਨੇ ਆਪਦੇ ਬੰਦੇ ਖੜੇ ਹੁਣ ਕਰਨੇ ਹੁੰਦੇ ਨੇ ਉਹਨਾਂ ਨੇ ਮੌਜੂਦਾ ਸਰਕਾਰ ਕੋਈ ਵੀ ਹੋਵੇ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਵੇ ਮੌਜੂਦਾ ਸਰਕਾਰਾਂ ਦੀ ਰਹਿਨਮਾਈ ਦੇ ਹੇਠਾਂ ਚੱਲਣਾ ਹੁੰਦਾ ਤਾਂ ਉਹ ਕਿਤੇ ਨਾ ਕਿਤੇ ਆਮ ਜਿਹੇ ਬੰਦੇ ਨੂੰ ਕੱਲ ਨੂੰ ਕਿਸੇ ਦੀ ਵੀ ਫੋਟੋ ਚੱਕ ਕੇ ਉਹ ਹਨਾ ਮੀਡੀਆ ਕਹੂਗਾ ਬੜਾ ਖਤਰਨਾਕ ਆਦਮੀ ਕੰਮ ਉਹਨੇ ਬਈ ਕੁਝ ਨਹੀਂ ਕੀਤਾ ਹੁੰਦਾ ਤਬੱਸ ਬਸ ਵਸਾਂ ਉਹ ਡੇ ਡੇ ਟੈਗ ਉਦਾਂ ਹੀ ਬੰਦੇ ਦੇ ਦਿਲ 'ਚ ਖੌਫ ਬਿਠਾ ਦਿੰਦੇ ਨੇ ਜਿਵੇਂ ਅੱਜ ਕੱਲ ਫਿਲਮਾਂ ਦੀ ਪ੍ਰਮੋਸ਼ਨ ਕਹਿ ਲੋ ਸਧਾਰਨ ਜੀਆਂ ਫਿਲਮਾਂ ਹੁੰਦੀਆਂ ਪ੍ਰਮੋਸ਼ਨ ਨਾਲ ਬਹੁਤ ਵੱਡੀਆਂ ਕਰ ਦਿੱਤੀਆਂ ਜਾਂਦੀਆਂ ਨੇਗੀਆਂ ਤੇ ਫੇਰ ਦਰਸ਼ਕ ਅੱਛਾ ਦਰਸ਼ਕ ਵੀ ਆਪਣੇ ਬਈ ਸਵਾਦ ਲੈਣ ਦੇ ਪੂਰੇ ਉਹ ਹੁੰਦੇ ਨੇ ਦੇਖ ਕੇ ਵੀ ਆਣਗੇ ਨਾਲੇ ਕਹੀ ਜਾਣਗੇ ਬਈ ਕੁਛ ਨਹੀਂ ਸੀਗਾ ਕੁਛ ਨਹੀਂ ਸੀਗਾ ਕੁਛ ਨਹੀਂ ਸੀਗਾ ਚੰਗੀਆਂ ਫਿਲਮਾਂ ਦਰਸ਼ਕਾਂ ਦਾ ਇੰਤਜ਼ਾਰ ਕਰਦੀਆਂ ਹੀ ਰਹਿ ਜਾਂਦੀਆਂ ਨੇਗੀਆਂ ਬਹੁਤ ਘੱਟ ਖੁਸ਼ਕਿਸਮਤ ਚੰਗੀਆਂ ਫਿਲਮਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਡੀਅנס ਨਸੀਬ ਹੁੰਦੀ ਆ ਗਬਰੂ ਬਈ ਤੁਹਾਡਾ ਇੱਕ ਗੀਤ ਆ ਇਹ ਸੋਪੂ ਤੇ ਹਾਂਜੀ ਬਹੁਤ ਪੁਰਾਣਾ ਗੀਤ ਔਰ ਬੜਾ ਚੱਲਿਆ 9.3 ਮਿਲੀਅਨ ਚੱਲਿਆ ਜਿਹਦੇ ਚ ਮੋਜੀ ਬਾਈ ਹੋਰੀ ਹੈਗੇ ਆ ਵਿੱਚ ਬਾਈ ਵਿੱਕੀ ਮਿੱਡੂ ਖੇੜਾ ਵੀ ਸੀਗੇ ਹਨਾ ਹਾਂਜੀ ਹਾਂਜੀ ਉਹਦੇ ਮੈਨੂੰ ਥੋੜੀ ਹਿਸਟਰੀ ਦੱਸੋ ਆ ਯੂਨੀਵਰਸਿਟੀ ਪੜ੍ਹਦੇ ਸੀ ਵੀਰੇ ਬਾਠ ਮੇਰਾ ਦੋਸਤ ਹੁੰਦਾ ਪੜ੍ਹੇ ਸੀਗੇ ਯੂਨੀਵਰਸਿਟੀ 2000 ਉਹ 11 ਚ 12 ਚ ਆਇਆ ਸੀਗਾ ਗਾਣਾ ਤੇ ਬਸ ਉਹ ਇੱਕ ਗੀਤਕਾਰ ਹੈਗੇ ਆ ਜਿਵੇਂ ਜੇ ਤੁਸੀਂ ਬਾਈ ਹੁਣ ਆ ਤੁਸੀਂ ਪੱਤਰਕਾਰੋਂ ਤੁਸੀਂ ਇੰਟਰਵਿਊ ਕਰਦੇ ਹੋ ਤਾਂ ਜਿਹੜਾ ਬੰਦਾ ਜਿੱਦਾਂ ਦੇ ਕੰਮ ਕਰਦਾ ਉਹਨੂੰ ਉਹ ਦੋਸਤ ਮਿੱਤਰ ਉਦਾਂ ਦੀ ਡਿਊਟੀ ਲਾ ਦਿੰਦੇ ਨੇ ਹਾਲਾਂਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਕਦੇ ਸੰਬੰਧ ਨਹੀਂ ਰਿਹਾ ਕਿਉਂਕਿ ਯੂਨੀਵਰਸਿਟੀ 'ਚ ਵੀ ਸਾਰੇ ਉਹ ਸੋਪੂ ਸੀਗੀ ਹਨਾ ਤੇ ਸੋਪੂ 'ਚ ਹੀ ਸੀ ਮੋਸਟਲੀ ਸਾਰੇ ਜਣੇ ਸੋਪੂ 'ਚ ਹੀ ਹੁੰਦੇ ਸੀ ਦਲਬੀਰ ਗੋਲਡੀ ਵੀਰਾ ਹੁੰਦਾ ਸੀਗਾ ਤੇ ਅ ਵਰਿੰਦਰ ਭਰਾ ਵੀ ਇੱਧਰ ਹੀ ਸੀਗੇ ਸਾਰੇ ਇੱਧਰ ਹੀ ਸੀਗੇ ਤੇ ਫਿਰ ਉਹ ਚੋ ਟੁੱਟ ਕੇ ਅਗਲੀਆਂ ਬਾਟੀਆਂ ਬਣੀਆਂ ਢਿੱਲੋ ਸੀਗੇ ਵਿੱਕੀ ਮਿੱਡੂ ਖੇੜਾ ਨਾਲ ਹੁੰਦੇ ਸੀਗੇ ਜਗਤਵੀਰ ਗੋਲਦੀ ਬਾਈ ਹਮ ਹਾਂਜੀ ਹਾਂ ਤੇ ਬਸ ਉਹ ਯੂਨੀਵਰਸਿਟੀ ਚੀਜ਼ ਸਮਲੋਦੋਂ ਕਿੰਨੇ ਲਾਇਸੀ ਡਿਊਟੀ ਤੁਹਾਡੀ ਗੀਤ ਲਿਖਣ ਦੀ ਮੇਰਾ ਦੋਸਤ ਸੀ ਭਪਿੰਦਰ ਬਾਠਵਿਰਾ ਤੇ ਅ ਬਾਠਵਿਰਾ ਉਦੋਂ ਰੋਬਨ ਬਰਾੜ ਖੜਾ ਸੀਗਾ ਬਾਈ ਵੋਟਾਂ ਚ ਰੋਬਨ ਹੁੰਦਾ ਸੀ ਚੇਅਰ ਚੇਅਰਮੈਨ ਸੀ ਸ਼ਾਇਦ ਇਹਨਾਂ ਦਾ ਤੇ ਮੌਜੀ ਵੀਰਾ ਇਲੈਕਸ਼ਨ ਉਹ ਕਰ ਰਿਹਾ ਸੀਗਾ ਤੇ ਬਸ ਉਹ ਉਹ ਸਰਕਲ ਹੀ ਸੀਗਾ ਜੀ ਸਾਰਾ ਹਮ ਬਟ ਤੁਸੀਂ ਜਿਹੜਾ ਗਾਣਾ ਉਹ ਲਿਖਿਆ ਸੀਗਾ ਗੀਤ ਜਿਹੜਾ ਸੋਪੂ ਲਿਖਿਆ ਸੀ ਉਹ ਲਿਖਿਆ ਸੀ ਕੁੜੀ ਦੇ ਪਰਸਪੈਕਟਿਵ ਤੋਂ ਹਾਂਜੀ ਹਾਂਜੀ ਕਿ ਤੂੰ ਖੜਾ ਹੋ ਤਾਂ ਮੈਂ ਤੇਰੇ ਨਾਲ ਆ ਬਾਈ ਨਾ ਉਹ ਜਦੋਂ ਗੀਤ ਬਣਾਉਣ ਲੱਗੇ ਦਲਵੀਰ 골ਡੀ ਦਲਵੀਰ ਵਿਰਦੀਰਾ ਮਿਊਜ਼ਿਕ ਡਾਇਰੈਕਟਰ ਸੀ ਮਿਊਜ਼ਿਕ ਮੈਨ ਦੇ ਨਾਮ ਤੋਂ ਹੁਣ ਕੰਮ ਕਰਦੇ ਨੇ ਬਾਈ ਵੀਰ 골ਡੀ ਖੰਗੂੜਾ ਨਹੀਂ ਨਹੀਂ ਖੰਗੂੜਾ ਨਹੀਂ ਬਾਈ ਇਹ ਮਿਊਜ਼ਿਕ ਡਾਇਰੈਕਟਰ ਨੇ ਆਪਣਾ ਪਟਿਆਲੇ ਤੋਂ ਆ ਵੀਰਾ ਠੀਕ ਹੈ ਮੈਂ ਸਮਝ ਗਿਆ ਤੇ ਬਹੁਤ ਵਧੀਆ ਗਾਉਂਦੇ ਵੀ ਨੇ ਕੰਮ ਵੀ ਕਰਦੇ ਨੇਗੇ ਤਾਂ ਮੈਂ ਜਦੋਂ ਉਹ ਗੀਤ ਲਿਖ ਕੇ ਲੈ ਕੇ ਗਿਆ ਬਾਈ ਹੋਰੇ ਕਹਿੰਦੇ ਯਾਰ ਵੀ ਇੰਨਾ ਮਜ਼ਾ じゃ ਨਹੀਂ ਆ ਰਿਹਾ ਸਿੰਗਰ ਵੀਰੇ ਮਤਲਬ ਸਾਰਿਆਂ ਦੇ ਆਈ ਸੀ ਮੈਨੂੰ ਵੀ ਮਤਲਬ ਮੈਂ ਵੀ ਕਹਾਂ ਨਾ ਕਿਉਂਕਿ ਉਦੋਂ ਸੋਪੂ ਦੀ ਉਦੋਂ ਹਵਾ ਵੀ ਨਹੀਂ ਸੀਗੀ ਐਵੇਂ ਕਹੀਏ ਹਰੰਜੇ ਵਾਲਾ ਮਾਹੌਲ ਲੱਗਦਾ ਸੀਗਾ ਤੇ ਅ ਸਿਰਫ ਆਪਾਂ ਯਾਰੀ ਦੋਸਤੀ ਚ ਲਿਖ ਰਹੇ ਸੀਗੇ ਗੀਤ ਤੇ ਟਾਲ ਵੀ ਮੈਂ ਵੀ ਹਨਾ ਬਣ ਵੀ ਗਿਆ ਸੀ ਸੋਨਾ ਬਣ ਗਿਆ ਸੀਗਾ ਰਿਲੀਜ਼ ਕਰਨ ਦਾ ਦਿਲ ਨਹੀਂ ਕਰਦਾ ਸੀ ਕਿਉਂਕਿ ਉਦੋਂ ਬਾਈ ਪੂਸੂ ਹੁੰਦੀ ਸੀ ਜਿਵੇਂ ਪੂਸੂ ਦੀਆਂ ਗੱਡੀਆਂ ਸੀ ਵੇਵ ਪੂਸੂ ਦੀ ਸੀ ਉਦੋਂ ਤੇ ਮੈਨੂੰ ਰੋਬਿੰਨ ਵੀਰੇ ਹੋਰੀ ਕਹਿੰਦਾ ਗਾਣਾ ਅਪਲੋਡ ਕਰ ਮੈਂ ਕਿਹਾ ਬਾਈ ਕੋਈ ਨਹੀਂ ਦੇਖਦੇ ਆ ਤੇ ਮੈਂ ਉਹਨਾਂ ਨੂੰ ਮਜ਼ਾਕ ਵੀ ਕਰਨਾ ਬਾਟ ਨੂੰ ਮੈਂ ਕਿਹਾ ਬਾਈ ਵੀ ਬੇਇੱਜ਼ਤੀ ਹੋਣੀ ਆ ਮੈਂ ਕਿਹਾ ਯਾਰ ਨਾਲ ਮੇਰੀ ਕਰਾਉਂਗੇ ਉਹ ਕਹਿੰਦਾ ਯਾਰ ਕੋਈ ਨਾ ਪਰ ਟੱਚ ਵਰਡ ਮੈਨੂੰ ਲੱਗਦਾ ਵੀ ਉਸ ਗਾਣੇ ਨੇ ਹਨਾ ਮੌਜੀ ਵੀਰੇ ਹੋਰੀ ਵੀ ਹੁਣ ਤੱਕ ਕਹਿੰਦੇ ਨੇ ਵੀ ਵੇਬਹੀ ਬਦਲਤੀ ਸੀ ਚਲੋ ਜਿੱਤਣ ਦੇ ਹੋਰ ਹਜ਼ਾਰ ਕਾਰਨ ਹੋਣਗੇ ਪਰ ਉਹਨਾਂ ਚ ਇੱਕ ਵੱਡਾ ਕਾਰਨ ਉਹ ਗੀਤ ਵੀਰੇ ਹੈ ਹੁਣ ਵੀ ਦਿੱਲੀ ਯੂਨੀਵਰਸਿਟੀ ਪਿੱਛੇ ਜੇ ਇਲੈਕਸ਼ਨਾਂ ਹੋਈਆਂ ਪਾਰਟੀ ਕਿਹੜੀ ਵੀ ਜਿੱਤੀ ਹੋਏ ਯੂਨੀਵਰਸਿਟੀ ਚ ਵੀ ਪਾਰਟੀ ਜਾਂ ਐਨਐਸਯੂਆਈ ਜਿੱਤੀ ਸੀ ਗਾਣਾ ਪ੍ਰੈਜ਼ੀਡੈਂਟਾਂ ਦੇ ਮੋਸਟਲੀ ਮੈਨੂੰ ਲੱਗਦਾ ਵੀ ਉਹ ਸੋਪੂ 2012 ਵਾਲਾ ਹੀ ਲਾਉਂਦੇ ਨਹੀਂ ਹਮ ਅੱਛਾ ਇੱਕ ਥਾਂ ਤੇ ਉਹ ਗੀਤ ਦੇ ਵਿੱਚ ਵਿਕੀ ਮੀਡੂ ਖੇੜਾ ਦੀ ਤਸਵੀਰ ਆndi ਪੋਸਟਰ ਆਂਦਾ ਹੈਗਾ ਹਾਂਜੀ ਹਾਂਜੀ ਉਹ ਜਹਾਨ ਤੇ ਨਹੀਂ ਰਹੇ ਹਨਾ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਬਰੂਟਲੀ ਮਰਡਰ ਕੀਤਾ ਗਿਆ ਹਾਂਜੀ ਹਾਂਜੀ ਡੇ ਲਾਈਟ ਦੇ ਵਿੱਚ ਔਰ ਤੁਹਾਡਾ ਜਦੋਂ ਟੀਜ਼ਰ ਵੇਖਦਾ ਹੈਗਾ ਉੱਥੇ ਵੀ ਤੁਸੀਂ ਕਿਹਾ ਹੈਗਾ ਵਾ ਕਿ ਜਿਹੜਾ ਕੀ ਕੀ ਤੁਸੀਂ ਆਪਣੇ ਮੂੰਹ ਦੱਸਣਾ ਕੀ ਲਾਈਨ ਯੂਜ਼ ਕੀਤੀ ਸੀਗੀ ਤੁਸੀਂ ਉੱਥੇ ਟ੍ਰੇਲਰ ਦੇ ਵਿੱਚ ਅਕਾਲੀ ਸੌਰੀ ਅਕਾਲੀ ਹੈਗਾ ਵਿੱਕੀ ਵੀਰਾ ਅਕਾਲੀ ਦਲ ਚ ਸੀਗਾ ਯੂਥ ਆਗੂ ਦਾ ਗੋਲੀ ਮਾਰ ਕੇ ਦਿਨ ਦਿਹਾੜੇ ਕਤਲ ਕੁਛ ਐਦਾਂ ਦਾ ਹੈਗਾ ਹੀ। ਹੂੰ। ਔਰ ਫੇਰ ਭਈ ਮੈਂ ਤੁਹਾਨੂੰ ਲੈ ਕੇ ਚੱਲਦਾ ਹੈਗਾ ਮੈਂ ਜਦੋਂ ਤੁਹਾਡੀ ਜਲਵਾਯੂ ਇਨਕਲੇਵ ਜਦੋਂ ਰਿਲੀਜ਼ ਹੋਈ ਆ ਮੂਵੀ ਹਾਂਜੀ ਹਾਂਜੀ ਸਪੈਸ਼ਲੀ ਸਿੱਧੂ ਮੂਸੇਵਾਲਾ ਬਾਈ ਉਹ ਆਪਣੇ ਇਲੈਕਸ਼ਨਸ ਦੀ ਕੈਂਪੇਨ ਤੋਂ ਸਿੱਧਾ ਤੁਹਾਡੀ ਮੂਵੀ ਵੀ ਦੇਖਣਾ ਹੈ। ਹਾਂਜੀ ਹਾਂਜੀ ਇੱਕ ਟਾਈਮ ਹੋ ਸੀਗਾ ਜਦੋਂ ਤੁਸੀਂ ਸੋਪੂ ਦੇ ਲਈ ਵੀ ਗੀਤ ਲਿਖਿਆ ਵਿੱਕੀ ਮਿੱਡੂ ਖੇੜਾ ਸਾਹਿਬ ਦੇ ਹੋਰਾਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਹੁੰਦੀ ਰਹਿੰਦੀ ਹੋਏਗੀ ਨਜ਼ਦੀਕ ਵੀ ਰਹੇ ਤੁਸੀਂ ਔਰ ਇੱਧਰ ਸਿੱਧੂ ਮੂਸੇ ਵਾਲਾ ਹੋਰਾਂ ਦੇ ਨਾਲ ਵੀ ਸੋ ਦੋਵਾਂ ਦਾ ਮਰਡਰ ਕੀਤਾ ਗਿਆ ਹਾਂਜੀ ਤੁਸੀਂ ਮੈਨੂੰ ਦੱਸੋ ਇਹਦੇ ਵਿਚਕਾਰਲਾ ਜੋ ਕਿੱਸਾ ਕਹਾਣੀ ਦਾਸਤਾਨ ਕੀ ਹੈ ਅ ਵੀਰੇ ਇਹ ਗੱਲ ਠੀਕ ਆ ਵਿੱਕੀ ਮਿੱਡੂ ਖੜਾ ਵੀ ਕਿਉਂਕਿ ਅ ਯੂਨੀਵਰਸਿਟੀ ਚੋਂ ਸੀਗੇ ਹਨਾ ਜਾਣਦੇ ਸੀ ਵਧੀਆ ਭਰਾ ਕਹਿ ਲਓ ਤੇ ਸਿੱਧੂ ਮੂਸੇ ਵਾਲਾ ਵੀਰਾ ਵੀ ਉਦੋਂ ਗਰਜਾਇਜ ਵੀਰੇ ਨਾਲ ਮੈਂ ਵੀਰੇ ਦੀ ਸਿੱਧੂ ਵੀਰੇ ਦੀ ਫਿਲਮ ਯਸ ਆਈ ਐਮ ਅ ਸਟੂਡੈਂਟ ਦਾ ਪੰਜਾਬ ਲਾਈਨ ਪ੍ਰੋਡਿਊਸਰ ਵੀ ਹੈਗਾ ਤੇ ਵੀਰਾ ਵੀ ਜਦੋਂ ਆਇਆ ਤਾਂ ਮੈਂ ਵੀਰੇ ਨੂੰ ਧੰਨਵਾਦ ਕੀਤਾ ਮੈਂ ਕਿਹਾ ਵੀ ਬਾਈ ਤੁਸੀਂ ਆਏ ਇੱਥੇ ਵੀ ਥੈਂਕ ਯੂ ਧੰਨਵਾਦ ਕਿਉਂਕਿ ਉਹਨਾਂ ਨੇ ਪੂਰੀ ਫਿਲਮ ਦੇਖੀ ਸੀ ਮੈਨੂੰ ਸੀਗਾ ਵੀ ਵੋਟਾਂ ਤੋਂ ਬਾਅਦ ਆਏ ਨੇ ਵੀ ਥੱਕੇ ਜੇ ਹੋਣਗੇ ਬਾਈ ਹੋਰੀ ਥੋੜਾ ਟਾਈਮ ਲਾ ਕੇ ਲੰਘ ਜਾਣਾ ਪਰ ਬਾਈ ਨੇ ਪੂਰੀ ਫਿਲਮ ਦੇਖੀ ਉਹ ਕਹਿੰਦੇ ਨਹੀਂ ਵੀ ਗੱਬਰ ਬਾਈ ਤੁਹਾਡਾ ਧੰਨਵਾਦ ਵੀ ਤੁਸੀਂ ਮੈਨੂੰ ਵੀ ਕਿਉਂਕਿ ਫਿਲਮ ਦੇ ਵਿੱਚ ਬਾਈ ਦੀ ਜਿਵੇਂ ਪੋਸਟਰ ਲੱਗਿਆ ਹੋਇਆ ਉਹ ਵੋਟਾਂ ਹੋ ਗਈਆਂ ਸੀਗੀਆਂ ਉਦੋਂ ਇਲੈਕਸ਼ਨ ਹੋ ਗਏ ਸੀ ਬਾਈ ਵੀ ਮਤਲਬ ਇਲੈਕਸ਼ਨ ਸ਼ਾਇਦ 20 ਫਰਵਰੀ ਦੇ ਸੀਗੇ ਤਾਂ ਬਾਈ ਉਹ ਸੈਕੰਡ ਵੀਕ ਚੱਲ ਰਿਹਾ ਸੀ ਸਾਡੀ ਫਿਲਮ ਦਾ ਵੀ ਉਦੋਂ ਜੇ ਆਏ ਸੀਗੇ ਤੇ ਇੱਕ ਗੱਲ ਇਤਫਾਕ ਹੈ ਵੀ ਸੀ ਬਾਈ ਹਣਾ ਮੈਂ ਵੀ ਜਲਵਾਯੂ 2 ਦਾ ਜ਼ਿਕਰ ਬਾਈ ਦੇ ਮੂੰਹੋਂ ਹੀ ਕੁਦਰਤ ਨੇ ਕਰਵਾਇਆ ਵੀ ਕੀ ਕਹਿੰਦੇ ਨੇ ਕਿ ਬਾਈਟਾਂ ਚਲੋ ਹੋਰ ਵੀ ਸਿੰਗਰ ਭਰਾ ਹੈਗੇ ਨੇ ਸਾਰੀ ਭਰਾ ਹੈਗੇ ਨੇ ਤਾਂ ਜਿਹੜੀਆਂ ਬਾਈਟਸ ਸੀ ਉਹ ਚ ਵੀਰੇ ਨੇ ਹੀ ਕੀ ਕਹਿੰਦੇ ਨੇ ਕੁਦਰਤੀ ਮੈਂ ਕਈ ਵਾਰ ਇੱਕ ਚੀਜ਼ ਦੇਖਦਾ ਉਹਨਾਂ ਵੀ ਸ਼ਾਇਦ ਜਲਵਾਯੂ 2 ਕਦੇ ਆਜੂਗੀ ਪਰ ਬਾਈ ਇਸ ਦੁਨੀਆ ਤੇ ਨਹੀਂ ਹੈਗਾ ਬਾਈ ਸ਼ਾਇਦ ਦੇਖਣ ਆਈ ਨਹੀਂ ਸਕਦਾ ਅ ਐਵੇਂ ਵਿੱਕੀ ਮਿੱਡੂ ਖੇੜਾ ਵੀ ਲਾ ਲੋ ਵੀ ਭਾਜੀ ਸਾਡੇ ਲਈ ਸਾਰੀ ਭਰਾ ਨੇਗੇ ਹਨਾ ਦੂਜਾ ਆਪਾਂ ਨੂੰ ਅਫਵਾਹਾਂ ਆਉਂਦੀਆਂ ਵੀ ਫਲਾਣਾ ਬੰਦਾ ਆਇਆ ਸੀ ਫਲਾਣੇ ਦੇ ਫਲਾਣੇ ਗੈਂਗ ਨਾਲ ਸਬੰਧ ਨੇਗੇ ਜਾਂ ਕੀ ਕਹਿੰਦੇ ਨੇਗੇ ਇਹ ਹੁਣ ਆਪਾਂ ਨੂੰ ਨਹੀਂ ਪਤਾ ਕਿਉਂਕਿ ਜਾਂ ਤਾਂ ਕੋਈ ਪ੍ਰੂਫ ਹੋਏ ਕੋਈ ਚੀਜ਼ ਆਈ ਹੋਏ ਕੋਈ ਸਰਕਾਰ ਚੀਜ਼ ਜਾਰੀ ਕਰੇ ਜਾਂ ਕਿਸੇ ਨਿਊਜ਼ਪੇਪਰ 'ਚ ਸਾਨੂੰ ਵਿਦ ਪ੍ਰੂਫ ਕੋਈ ਗੱਲ ਹੋਏ ਆਪਣੇ ਤੱਕ ਸਿਰਫ ਗੱਲਾਂ ਹੁੰਦੀਆਂ ਨੇ ਤੇ ਗੱਲਾਂ ਇੰਨੇ ਸਾਲ ਲਮਕਦੀਆਂ ਰਹਿੰਦੀਆਂ ਨੇ ਵੀ ਉਦੋਂ ਤੱਕ ਉਹ ਸ਼ਾਇਦ ਗੱਲਾਂ ਦੇ ਮਾਇਨੇ ਹੀ ਬਦਲ ਜਾਂਦੇ ਨੇ ਗਈ ਹਾਲਾਂਕਿ ਜੇ ਆਪਾਂ ਦੇਸ਼ ਦੀ ਕਾਨੂੰਨ ਕਾਨੂੰਨ ਤੇ ਵਿਸ਼ਵਾਸ ਰੱਖੀਏ ਕਿੰਨੇ ਸਾਲਾਂ ਬਾਅਦ ਕਿੰਨੇ ਲੋਕਾਂ ਨੂੰ ਸਜ਼ਾਵਾ ਵੀ ਹੋ ਜਾਂਦੀਆਂ ਵੱਡੇ ਲੋਕਾਂ ਨੂੰ ਵੀ ਹੋਈਆਂ ਨੇ ਵੱਡੇ ਵੱਡੇ ਪੁਲਿਸ ਅਫਸਰਾਂ ਤੋਂ ਲੈ ਕੇ ਭਾਜਣਾ ਪਈਆਂ ਰਹਿੰਦੀਆਂ ਨੇਗੀਆਂ ਤੇ ਬਸ ਇਹ ਆ ਵੀ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਚਾਹੇ ਸੰਦੀਪ ਨੰਗ ਲੰਬੀਆਂ ਵੀਰਾ ਹੋਵੇ ਤਾਂ ਜਿਹੜੇ ਵੀ ਜਾ ਰਹੇ ਨੇ ਭਾਈ ਉਹ ਆਪਣੇ ਭਰਾ ਹੀ ਨੇਗੇ ਮਾਰਨ ਵਾਲੇ ਵੀ ਆਪਣੇ ਨੇ ਮਰਨ ਵਾਲੇ ਵੀ ਆਪਣੇ ਨੇਗੇ ਦੋਨੇ ਤਰ੍ਹਾਂ ਆਪਣੀਆਂ ਨੇ ਯੂਥ ਜਾ ਰਿਆ ਪੰਜਾਬ ਚੋਂ ਤੇ ਇਹ ਇਹ ਚੀਜ਼ ਸੋਚਣ ਵਾਲੀ ਆ ਇਹ ਬਹੁਤ ਖਤਰਨਾਕ ਗੱਲ ਆ ਤੁਸੀਂ ਚੰਗਾ ਕੀਤਾ ਇਸ ਚੀਜ਼ ਦਾ ਜ਼ਿਕਰ ਕਰਤਾ ਕਿ ਤੁਸੀਂ ਉੱਥੇ ਲਾਈਨ ਪ੍ਰੋਡਿਊਸ ਸੀ ਸਾਰੀ ਦੇਖੀ ਯਸ ਆਈ ਐਮ ਆ ਸਟੂਡੈਂਟ ਦੀ ਹੈ ਨਾ ਹਾਂਜੀ ਹਾਂਜੀ ਤੁਸੀਂ ਕੁਝ ਕਿੱਸਾ ਸਾਡੇ ਨਾਲ ਸਾਂਝਾ ਕਰੋ ਸਿੱਧੂ ਮੂਸੇਵਾਲਾ ਸਾਹਿਬ ਦੇ ਨਾਲ ਕੀ ਉੱਥੇ ਦਾ ਵਾਤਾਵਰਣ ਸੀਗਾ ਮੈਂ ਵੀਰੇ ਉੱਥੇ ਸ਼ੂਟ ਤੇ ਮੈਂ ਨਹੀਂ ਗਿਆ ਉੱਥੇ ਟੀਮ ਗਈ ਸੀਗੀ ਜਿੱਦਾਂ ਤੇ ਮੈਂ ਇੱਥੇ ਜਿਵੇਂ ਇੱਥੋਂ ਹੀ ਜ਼ਿਆਦਾਤਰ ਆਪਰੇਟ ਕਰਦੇ ਨੇ ਸਾਰਾ ਕੁਝ ਅੱਛਾ ਹਾਂਜੀ ਹਾਂਜੀ ਜਦੋਂ ਟੀਜ਼ਰ ਟ੍ਰੇਲਰ ਦੇਖਦਾ ਹੈਗਾ ਮੈਂ ਤਾਂ ਉੱਥੇ 'ਚ ਇੱਕ ਚਿੱਟੀ ਦਾੜੀ ਵਾਲਾ ਲੀਡਰ ਕਾਲੀ ਦਾੜੀ ਵਾਲੇ ਨੌਜਵਾਨਾਂ ਨੂੰ ਇਹ ਕਹਿੰਦਾ ਹੈਗਾ ਕਿ ਇਲੈਕਸ਼ਨ ਕਿਸੇ ਵੀ ਹਾਲ 'ਚ ਅਸੀਂ ਜਿੱਤਣਾ ਹੁਣ ਜਦੋਂ ਜਦੋਂ ਇੱਕ ਲੀਡਰ ਇਹ ਗੱਲ ਕਹਿੰਦਾ ਪਿਆ ਕਿ ਇਲੈਕਸ਼ਨ ਕਿਸੇ ਵੀ ਹਾਲ ਚ ਜਿੱਤਣਾ ਹੈ ਹਾਂਜੀ ਤਾਂ ਮੋਡਿਆਂ ਤੇ ਆ ਗਈ ਜ਼ਿੰਮੇਵਾਰੀ ਉਸ ਨੌਜਵਾਨ ਦੇ ਹਾਂਜੀ ਤੇ ਉਹ ਫਿਰ ਹਰ ਹਿੱਲਾ ਵਸੀਲਾ ਗਲਤ ਸਹੀ ਸਭ ਕੁਝ ਕਰੂਗਾ ਕਿਉਂਕਿ ਉਹਨੇ ਆਪਣੇ ਆਕਾ ਨੂੰ ਖੁਸ਼ ਕਰਨਾ ਹੈ ਹਾਂ ਪਰ ਇਹ ਕਿਤੋਂ ਕੈਚ ਕੀਤਾ ਸੀ ਤੁਸੀਂ ਭਾਜੀ ਇਹ ਤਾਂ ਆਪਾਂ ਆਪਣੇ ਹੁਣ ਵਿਸ਼ਵਵਿਦਿਆਲਿਆ ਪੰਜਾਬ ਯੂਨੀਵਰਸਿਟੀ ਦੀ ਗੱਲ ਲੈ ਲਈ ਇਲੈਕਸ਼ਨਾਂ ਹੁੰਦੀਆਂ ਪਹਿਲਾਂ ਸਟੂਡੈਂਟ ਆਰਗੇਨਾਈਜੇਸ਼ਨਾਂ ਸੀ ਸਟੂਡੈਂਟ ਪਾਰਟੀਆਂ ਸੀਗੀਆਂ ਤੇ ਹੁਣ ਨਿਰਾਪura ਸਿੱਧਾ ਹੁਣ ਪੋਲੀਟੀਕਲ ਪਾਰਟੀਆਂ ਦੇ ਇੰਟਰਫੇਰੈਂਸ ਹੈ ਤੇ ਪੋਲੀਟੀਕਲ ਪਾਰਟੀਆਂ ਹੀ ਆਪਣੇ ਸਾਰਾ ਜ਼ੋਰ ਲਗਾ ਦਿੰਦੀਆਂ ਨੇ ਵੀ ਐਮਪੀ ਐਮਐਲਏ ਦੀਆਂ ਡਿਊਟੀਆਂ ਲੱਗਦੀਆਂ ਨੇ ਪ੍ਰੋਪਰ ਜਿਹੜੀ ਮਰਜ਼ੀ ਪਾਰਟੀ ਹੋਵੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਮੈਨੂੰ ਲੱਗਦਾ ਵੀ ਬਾਈ ਉਹਦੇ ਚ ਇੱਕ ਚੀਜ਼ ਇਹ ਵੀ ਹੈਗੀ ਆ ਨਾ ਕਿ ਇੱਕ ਪਾਸੇ ਤਾਂ ਉਸ ਲੀਡਰ ਨੇ ਮੁੰਡਿਆਂ ਤੇ ਭਾਰ ਪਾਤਾ ਮੁੰਡਿਆਂ ਦੇ ਫਿਰ ਉਹ ਭਾਰ ਜਿਹੜਾ ਹੁੰਦਾ ਹੈਗਾ ਉਹ ਇੰਨਾ ਜ਼ਿਆਦਾ ਹੋ ਜਾਂਦਾ ਕਿ ਉਹ ਜਿਹੜਾ ਮੁੰਡਾ ਯੂਨੀਵਰਸਿਟੀ ਪੜਨ ਆਇਆ ਹੈਗਾ ਉਹ ਇਹ ਭੁੱਲ ਜਾਂਦਾ ਕਿ ਨਹੀਂ ਯਾਰ ਘਰਦਿਆਂ ਦੀ ਜ਼ਿੰਮੇਵਾਰੀ ਦਾ ਵੀ ਤਾਂ ਭਾਰ ਸੀਗਾ ਆ ਬਾਈ ਨਾ ਜੇ ਮੈਂ ਆਪਾਂ ਛੋਟੇ ਹੁੰਦੇ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਕਿਸੇ ਵੱਡੇ ਬੰਦੇ ਨਾਲ ਲੜਦੇ ਆਪਾਂ ਮੁਰੋਂ ਨੂੰ ਪੈਨਿਆ ਟਟ ਟਟ ਕੇ ਉਹ ਚੁੱਪ ਕਰ ਜਾਂਦਾ ਉਹ ਗੱਲ ਟਾਲਦਾ ਆਪਾਂ ਨੂੰ ਉਦੋਂ ਲੱਗਦਾ ਵੀ ਯਾਰ ਵੀ ਮੈਂ ਸ਼ੇਰ ਆ ਉਹ ਮੂਰਖਾ ਉਹ ਕਮਜ਼ੋਰ ਆ ਪਰ ਜਦੋਂ ਤੁਸੀਂ ਵੱਡੇ ਹੁੰਨੇ ਹੋ ਜਦੋਂ ਤੁਹਾਡੇ ਅਕਲ ਵਾਲੇ ਦਰਵਾਜ਼ੇ ਖੁੱਲਦੇ ਨੇ ਤੁਹਾਨੂੰ ਸਮਝ ਆਉਂਦਾ ਯਾਰ ਮੈਂ ਮੂਰਖ ਸੀ ਉਹ ਅਸਲ 'ਚ ਸ਼ੇਰ ਸੀ ਗੁੱਸਾ ਕੱਢਣਾ ਗੁੱਸਾ ਕਰਨਾ ਮੈਨੂੰ ਲੱਗਦਾ ਹੈ ਉਹਦੇ ਨਾਲੋਂ ਗੁੱਸਾ ਕੰਟਰੋਲ ਕਰਨਾ ਉਹ ਜ਼ਿਆਦਾ ਔਖਾ ਤੇ ਖਤਰਨਾਕ ਹੈ ਤੇ ਬਸ ਆਹੀ ਗੱਲਾਂ ਨੇ ਸਾਰੀਆਂ ਤੁਸੀਂ ਸ਼ੁਰੂਆਤ 'ਚ ਇੰਟਰਵਿਊ 'ਚ ਉਹਨੇ ਗੱਲ ਕਰ ਰਹੇ ਸੀਗੇ ਕਿ ਵੀ ਮੈਂ ਵੀ ਲੜਿਆ ਝਗੜਿਆ ਇੱਕ ਟਾਈਮ ਇਹ ਹੋ ਜਾਇਆ ਜਦੋਂ ਐ ਲੱਗਿਆ ਕਿ ਵੀ ਹਾਂ ਇੰਨਾ ਨਹੀਂ ਬਈ ਮਾਈਨਰ ਜਾ ਸੀਗਾ ਉਹ ਥੋੜਾ ਟਰੈਕ ਤੋਂ ਉੱਤਰ ਸਕਦੇ ਸੀਗੇ ਉਹ ਟਾਈਮ ਹਨਾ ਕਿਉਂਕਿ ਫੇਰ ਮੈਂ ਉਹੀ ਜਿਵੇਂ ਆਪਾਂ ਕਹਿਆ ਛੋਟੇ ਹਨਾ ਵੀ ਉਹ ਵਿਜਨ ਨਹੀਂ ਦਿੰਦੇ ਹੁੰਦੇ ਅ ਜਿਵੇਂ ਕੀ ਕਹਿੰਦੇ ਨੇ ਕਿ ਵੀ ਜਿਵੇਂ ਮੈਕਨ ਵਿੱਚ ਤੁਸੀਂ ਜਿਵੇਂ ਮੈਂ ਮੇਰੇ ਨਾਲ ਕੁਝ ਕਮਿੱਤਰ ਨਸ਼ਾ ਵਗੈਰਾ ਉਹ ਕਰਦੇ ਸੀਗੇ ਤਾਂ ਕਰਦਿਆਂ ਨੂੰ ਉਹਨਾਂ ਨੇ ਕਹਿ ਦੇਣਾ ਸਾਰਿਆਂ ਨੇ ਆ ਕੇ ਵੀ ਨਸ਼ੇੜੀਆਂ ਚ ਰਹਿੰਦਾ ਤਾਂ ਮੈਂ ਕਰਦਿਆਂ ਨੂੰ ਸਿੰਪਲ ਕਹਿੰਦਾ ਵੀ ਤੁਹਾਨੂੰ ਐ ਕਿਉਂ ਲੱਗਦਾ ਮੈਂ ਨਸ਼ੇੜੀਆਂ ਚ ਰਹਿਣਾ ਤੁਹਾਨੂੰ ਐ ਕਿਉਂ ਨਹੀਂ ਲੱਗਦਾ ਨਸ਼ੇੜੀ ਮੇਰੇ ਨਾਲ ਰਹਿੰਦੇ ਨੇ ਤੁਹਾਨੂੰ ਐ ਕਿਉਂ ਲੱਗਦਾ ਵੀ ਮੈਂ ਨਸ਼ੇ ਕਰਨ ਲੱਗ ਜਾਊਂਗਾ ਤੁਹਾਨੂੰ ਐ ਕਿਉਂ ਨਹੀਂ ਲੱਗਦਾ ਮੇਰੇ ਨਾਲ ਰਹਿ ਕੇ ਉਹ ਨਸ਼ੇ ਛੱਡ ਜਾਣਗੇ ਤਾਂ ਆਪਣੀ ਸਭ ਦੀ ਇੱਕ ਮਾੜੀ ਆਦਤ ਇਹ ਹੋ ਜਾਂਦੀ ਆ ਵੀ ਆਪਾਂ ਸਿਰਫ ਗਲਤ ਸਾਈਡ ਦੇਖਦੇ ਹਾਂ ਜੇ ਕੋਈ ਚੰਗਾ ਬੰਦਾ ਗਲਤ ਥਾਂ ਤੇ ਖੜਾ ਹੈ ਤਾਂ ਆਪਾਂ ਆਪਾਂ ਕਹਿੰਦੇ ਯਾਰ ਫਲਾਣਾ ਬੰਦਾ ਉੱਥੇ ਖੜਾ ਸੀ ਕਿਉਂਕਿ ਆਪਣਾ ਬਈ ਕਲਚਰ ਬ ਉਡਾਉਣ ਚ ਮਜ਼ਾ ਆਉਣ ਲੱਗ ਗਿਆ ਆਪਾਂ ਨੂੰ ਚੰਗੀਆਂ ਗੱਲਾਂ ਚੰਗੀ ਚੀਜ਼ ਨੂੰ ਆਪਾਂ ਸਪੋਰਟ ਨਹੀਂ ਕਰਦੇ ਚੰਗੀ ਚੀਜ਼ ਦੇਖਾਂਗੇ ਉਹ ਸ਼ੇਅਰ ਕਰਨ ਲੱਗੇ ਆਪਣੇ ਹੱਥ ਦੁਖਣਗੇ ਕੁਝ ਮਾੜਾ ਦਿਖੂਗਾ ਆਪਾਂ ਉਹਤੇ ਵਿਦਵਾਨੀ ਕੋ ਟਨਬਦਾ ਪਹਿਲਾ ਫਰਜ਼ ਸਮਝਦੇ ਆ ਜਦੋਂ ਆਪਾਂਲੇ ਕੈਮਰੇ ਰੋਲ ਨਹੀਂ ਹੋਏ ਸੀਗੇ ਤੇ ਤੁਸੀਂ ਕਿਹਾ ਸੀਗਾ ਯਾਰ ਛੋਟੇ ਛੋਟੇ ਪਿੰਡਾਂ 'ਚ ਉੱਠੇ ਆ ਅਜੇ ਬਹੁਤ ਅੱਗੇ ਜਾ ਕੇ ਹਟਾਂਗੇ ਹਨਾ ਉਹ ਗੱਲ ਕਰ ਰਹੇ ਸੀਗੇ ਤੁਸੀਂ ਫਿਰ ਮੈਂ ਨਾ ਬਈ ਇੱਕ ਵੀਡੀਓ ਮੇਰੇ ਸਾਹਮਣੇ ਆਈ ਸੋਸ਼ਲ ਮੀਡੀਆ ਦੇ ਜਿੱਥੇ ਇਕੋ ਹੀ ਸੱਜਣ ਤੁਹਾਡੀ ਟੀਮ ਦਾ ਸੀਗਾ ਉਹਨੇ ਇਸ ਚੀਜ਼ ਦਾ ਗਿਲਾ ਕੀਤਾ ਕਿ ਯਾਰ ਲਹਿਰੇ ਵਾਲੇ ਵੀ ਸਾਡਾ ਸਾਥ ਨਹੀਂ ਦੇ ਰਹੇ ਕਿ ਯਾਰ ਐਡਾ ਵਧੀਆ ਕੰਮ ਕੀਤਾ ਗੱਬਰ ਹੋਰਾਂ ਨੇ ਲੇਕਿਨ ਲਹਿਰੇ ਵਾਲੇ ਇਹਨਾਂ ਨੂੰ ਚਾਹੀਦਾ ਹੈਗਾ ਕਿ ਹਾਂ ਵੀ ਸਪੋਰਟ ਕਰੋ ਸ਼ੇਅਰ ਕਰੋ ਟੀਜ਼ਰ ਨੂੰ ਟਰੇਲਰ ਨੂੰ ਉਹ ਚਲੋ ਬਾਈ ਦੋਸਤ ਮਿੱਤਰ ਜਜ਼ਬਾਤੀ ਹੋ ਜਾਂਦੇ ਨੇ ਉਹ ਗੁਰਜੀਤ ਆ ਭਰਾ ਹੈ ਛੋਟਾ ਉਹ ਵੀ ਪਿੰਡੂਆਂ ਨਾਲ ਕੰਮ ਵੀ ਕਰਦਾ ਸੀ ਵੀਰਾ ਤੇ ਉਹ ਚਲੋ ਉਹਨਾਂ ਦਾ ਉਹ ਆਪਦਾ ਹਰੇਕ ਦਾ ਪਰ ਮੈਨੂੰ ਕੋਈ ਗਿਲਾ ਨਹੀਂ ਬਾਈ ਲਹਿਰੇ ਦੀ ਸਪੋਰਟ ਨਾਲ ਹੀ ਉਰੇ ਬੈਠੇ ਆ ਮੇਰੇ ਦੋਸਤ ਨੇ ਕੱਲ ਮੈਨੂੰ ਅਣਾ ਤੋਚੀ ਆ ਵੀਰਾ ਤਾ ਉਹਨਾਂ ਇੱਕ ਚਾਂਦੀ ਦਾ ਛੱਲਾ ਉੱਤੇ ਵਾਈਟ ਪੰਜਾਬ ਰਿਲੀਜ਼ਿੰਗ ਡੇਟ ਉਹਨੇ ਬਹੁਤ ਸੋਹਣੀ ਚੀਜ਼ ਬਣਾਈ ਆ ਤਾਂ ਮਤਲਬ ਲੈਰੇ ਦੇ ਪਿਆਰ ਨੂੰ ਵੀ ਆਪਾਂ ਮੁਣਕਰ ਅੱਜ ਗਰਲਾ ਲਾ ਵੀਰਾ ਸਾਡੇ ਲੈ ਰਹੇ ਹਾਂ ਤਾਂ ਵੀਰੇ ਦਾ ਮੈਨੂੰ ਫੋਨ ਆਇਆ ਵੀ ਯਾਰ ਬਹੁਤ ਵਧੀਆ ਲੱਗਾ ਟ੍ਰੇਲਰ ਵੀ ਹਰ ਪਾਸਿਓਂ ਬਾਈ ਤੇਰੇ ਨਾਲ ਕੋਈ ਪਰਵਾਹ ਨਹੀਂ ਕਰਨੀ ਕਿਸੇ ਚੀਜ਼ ਦੀ ਠੀਕ ਹੈ ਇੱਕ ਤਰ੍ਹਾਂ ਤੇ ਕਰਤਾਰ ਚੀਮਾ ਡਾਇਲੋਗ ਦਿੰਦੇ ਹੈਗੇ ਆ ਕਿ ਵੀ ਕੁਰਤਾ ਪਜਾਮਾ ਸਵਾਨਾ ਤੇ ਕੇਸਰ ਬਾਈ ਵਰਗਾ ਬੋਡੀ ਬਣਾਣੀ ਹੈ ਤੇ ਕੇਸਰ ਬਾਈ ਵਰਗੀ ਇਹ 22 ਸ਼ਬਦ ਜਿਹੜਾ ਹੈਗਾ ਇਹ ਕਮਾਣਾ ਪੈਂਦਾ ਔਰ ਇਸ ਡਾਇਲੋਗ ਦੇ ਪਿੱਛੇ ਮੈਨੂੰ ਇਲੈਬੋਰੇਟ ਕਰਕੇ ਦੱਸੋ ਨਾਲੇ ਆਡੀਅנס ਨੂੰ ਦੱਸੋ ਭਈਏ ਵਾਹ ਤੁਸੀਂ ਔਖਾ ਕੰਮ ਕਹਿ ਰਹੇ ਹੋ ਮਤਲਬ ਕਈ ਵਾਰ ਮੈਂ ਨਾ ਰਿਐਕਸ਼ਨਸ ਦੇਖ ਰਿਹਾ ਸੀਗਾ YouTube ਤੇ ਜਿਹੜੇ ਫਿਲਮ ਦੇ ਟ੍ਰੇਲਰ ਤੇ ਆਏ ਮੈਨੂੰ ਵਧੀਆ ਲੱਗੇ ਰੀਜ਼ਨ ਕੀ ਹੈ ਮੈਂ ਟੀਮ ਨਾਲ ਆਪਣੇ ਦੋਸਤਾਂ ਨਾਲ ਗੱਲ ਕਰ ਰਿਹਾ ਸੀਗਾ ਮੈਂ ਕਈ ਵਾਰ ਆਪਾਂ ਯਾ ਲਿਖਣ ਵਾਲੇ ਨੇ ਵੀ ਓਨੀ ਡੂੰਗੀ ਗੱਲ ਸੋਚੀ ਜਾਂ ਲਿਖੀ ਨਹੀਂ ਹੁੰਦੀ ਗੱਲ ਲਿਖੀ ਜਾਂਦੀ ਹੈ ਕੁਦਰਤ ਲਿਖਾ ਦਿੰਦੀ ਹੈ ਵੀ ਪਰ ਬੰਦੇ ਨੇ ਓਨਾ ਨਹੀਂ ਸੋਚ ਕੇ ਲਿਖਿਆ ਹੁੰਦਾ ਤੇ ਪਰ ਕੱਢਣ ਵਾਲੇ ਉਹਦੇ ਮਾਇਨੇ ਬਹੁਤ ਡੂੰਗੇ ਲੱਭ ਲਿਆਉਂਦੇ ਨੇਗੇ ਤੇ ਉਹ ਸ਼ਾਇਦ ਮੈਨੂੰ ਲੱਗਦਾ ਹੁੰਦਾ ਵੀ ਹਰ ਇਨਸਾਨ ਦੀ ਇੱਕ ਸੋਚ ਹੁੰਦੀ ਹੈ ਵੀ ਜੇ ਆਪਾਂ ਇੱਕ ਗੱਲ ਸੁਣਾਗੇ ਤਾਂ ਸਾਡਾ ਜਿੰਨਾ ਕੁ ਤਜਰਬਾ ਹੈ ਓਨੀ ਕਾਪਾ ਉਸ ਗੱਲ ਨੂੰ ਸਮਝ ਪਾਵਾਂਗੇ ਤਾਂ ਜਿਹੜੀ ਇਹ ਗੱਲ ਵੀ ਬਾਈ ਸ਼ਬਦ ਕਮਾਉਣਾ ਪੈਂਦਾ ਮੇਰੇ ਲਈ ਸਿੰਪਲ ਜਾਂ ਮਤਲਬ ਮੈਨੇ ਇਹ ਚਾਹੇ ਤੁਸੀਂ ਆਪਣੇ ਤੇ ਲਾ ਲਓ ਮੈਂ ਮੇਰੇ ਤੇ ਲਾ ਲਾ ਕੋਈ ਕਿਸੇ ਤੇ ਵੀ ਲਾ ਲੇ ਇਹ ਸਾਰਿਆਂ ਸਾਰਿਆਂ ਲਈ ਹੈ ਤੇ ਬਾਈ ਕਲਚਰੀ ਤਾਂ ਸਾਨੂੰ ਖਾਈ ਜਾਂਦਾ ਜਾਂ ਖਾਈ ਬੈਠਾ ਠੀਕ ਹੈ ਜੀ ਆਪਾਂ ਅ ਕਿਤੇ ਨਾ ਕਿਤੇ ਬਾਈ ਸ਼ਬਦ ਕਮਾਉਣਾ ਵੀ ਪੈਂਦਾ ਕਿਤੇ ਨਾ ਕਿਤੇ ਆਪਾਂ ਬਾਈ ਕਹੋਂਦੇ ਕਹੋਂਦੇ ਆਪਾਂ ਨੂੰ ਸਮਝ ਹੀ ਨਹੀਂ ਆਉਂਦਾ ਵੀ ਆਪਾਂ ਕਿਹੜੇ ਬਾਈ ਬਣ ਗਏ ਫਿਰ ਆਪਾਂ ਬਾਈ 23 ਸਾਲ ਦੀ ਉਮਰ ਚ ਹੀ ਕਈ ਵਾਰ ਜਹਾਨੋਂ ਰੁਖਸਤ ਹੋ ਜਾਂਦੇ ਆਂ ਜੀ ਕੋਈ ਐਗਜ਼ਾਮਪਲ ਦੇ ਕੇ ਦੱਸੋ ਤੁਸੀਂ ਬੜੀ ਇੱਕ ਸੈਂਟੈਂਸ ਜਿਹੜਾ ਹੈਗਾ ਨਾ ਬੜੀ ਟੈਲਿੰਗ ਸਟੇਟਮੈਂਟ ਦਿੱਤੀ ਕਿ ਇਹ 22 ਸ਼ਬਦ ਜਿਹੜਾ ਹੈਗਾ ਇਹ ਖਾਂਦਾ ਪਿਆ ਸਾਨੂੰ ਕੋਈ ਐਗਜ਼ਾਮਪਲ ਦੋ ਆਪਣੀ ਜ਼ਿੰਦਗੀ ਚ ਕਿੰਨੇ ਹੀ ਬਾਈ ਬਾਈ ਹੁਣ ਕੀ ਕਹਿੰਦੇ ਨੇ ਕਿ ਔਖਾ ਲੱਗਦਾ ਕਿਉਂਕਿ ਮੈਨੂੰ ਪਤਾ ਨਹੀਂਗਾ ਅੱਜ ਮੈਂ ਕਿਸੇ ਦਾ ਨਵਾਂ ਇੱਕ ਦੋ ਹਨਾ ਚਾਹੇ ਵੀਰੇ ਹੋਰਾਂ ਦੇ ਨਾਮ ਤੁਸੀਂ ਦਵਾਤੇ ਮੂੰਹੋਂ ਪਰ ਕਈ ਵਾਰ ਮੈਂ ਵੀ ਨਹੀਂ ਚਾਹੁੰਦਾ ਹਨਾ ਕਿਉਂਕਿ ਆਪਾਂ ਪਹਿਲਾਂ ਨਾਰਮਲ ਗੱਲਾਂ ਕਰ ਰਹੇ ਸੀ ਮੈਂ ਹਮੇਸ਼ਾ ਤੁਹਾਨੂੰ ਕਹਿਆ ਸੀ ਵੀ ਕਦੇ ਵੀ ਸਸਤੀ ਸ਼ੌਰਤ ਦੇ ਪਿੱਛੇ ਭੱਜਣਾ ਨਹੀਂ ਚਾਹੁੰਦੇ ਠੀਕ ਹੈ ਜੀ ਫਿਲਮ ਬਣਾਈ ਐ ਇਹਨੂੰ ਵੀ ਫਿਲਮਾਂ ਵਾਂਗੂ ਰਿਲੀਜ਼ ਕਰਕੇ ਆਪਣੀ ਗੱਲ ਪੰਜਾਬ ਦੇ ਲਈ ਅਸੀਂ ਕੀਤੀ ਐ ਉਹ ਫਿਲਮ ਦੇਖ ਕੇ ਬਾਈ ਸਭ ਨੂੰ ਸਮਝ ਆ ਜਾਊਗਾ ਜੇ ਟ੍ਰੇਲਰ ਦੇਖ ਕੇ ਅੱਜ ਆਪਾਂ ਮੋ ਸਾਹਮਣੇ ਬੈਠੇ ਆ ਤੁਸੀਂ ਇੰਨਾ ਡੀਪਲੀ ਟ੍ਰੇਲਰ ਬਾਰੇ ਜੇ ਆਪਾਂ ਇੱਕ ਟ੍ਰੇਲਰ ਬਾਰੇ ਇੰਨੀ ਗੱਲ ਕਰ ਰਹੇ ਆ ਤਾਂ ਮੈਂ ਇਹ ਗੱਲ ਯਕੀਨਨ ਕਹਿ ਸਕਦਾ ਵੀ ਵੀਰੇ ਆਪਾਂ ਫਿਲਮ ਬਾਰੇ ਇਸ ਹੱਬ ਨਾਲ ਬਹੁਤ ਗੱਲਾਂ ਕਰਾਂਗੇ ਮੈਂ ਕੋਈ ਵੀ ਨਾਮ ਲੈ ਕੇ ਹਣਾ ਫਿਰ ਉਹ ਕੀ ਆਪਾਂ ਕਹਿ ਦਿੰਨਾ ਵੀ ਹਾਂ ਯਾਰ ਵੀ ਫਲਾਣੇ ਦਾ ਨਾਮ ਵਰਤਦਾ ਫਿਰ ਉਹ ਕਈ ਵੀਡੀਓਜ਼ ਬਣ ਜਾਂਦੀਆਂ ਨੇਗੀਆਂ ਇਹ ਜਜ਼ਬਾਤ ਹੁੰਦੇ ਨੇ ਬਾਈ ਹਣਾ ਜੇ ਅਸੀਂ ਸਿੱਧੂ ਵੀਰੇ ਨੂੰ ਸਾਰੇ ਪਿਆਰ ਕਰਦੇ ਆ ਤਾਂ ਸਾਰੇ ਹੀ ਕਰਦੇ ਆ ਠੀਕ ਹੈ ਰਿਸਪੈਕਟ ਹੈ ਦਾ ਰਿਸਪੈਕਟ ਤੇ ਸਭ ਦੀ ਉਹ ਆ ਉਹ ਭਾਈ ਤੁਸੀਂ ਲਿਖਦੇ ਵੀ ਹੋ ਪਲੀਜ਼ ਮੈਂ ਚਾਹਾਂਗਾ ਕੁਝ ਦੱਸੋ ਸੁਣਾਓ ਮੈਂ ਆਖਰੀ ਸੈਗਮੈਂਟ ਤੇ ਆ ਹੁਣ ਇਸ ਤੋਂ ਇਹਖੀਲਾ ਹੀ ਸਵਾਲ ਸਮਝੋ ਮੇਰਾ ਹਾਂਜੀ ਹਾਂਜੀ ਖੁੱਲੇ ਦਰਿਆ ਸਾਨੂੰ ਕੋਈ ਕਿਨਾਰਾ ਨਹੀਂ ਲੱਗਦਾ ਪੰਜਾਬ ਤੋਂ ਵੱਧ ਸਰਕਾਰੇ ਕੁਝ ਵੀ ਪਿਆਰਾ ਨਹੀਂ ਲੱਗਦਾ ਅਸੀਂ ਬਾਗੀਆਂ ਬੇਕਾਬੂਆਂ ਬਾਬੇ ਨਾਨਕ ਦੀ ਸੋਚ ਦੇ ਕਾਬੂਆਂ ਬਹੁਤ ਬਹੁਤ ਸ਼ੁਕਰੀਆ ਵਕਤ ਦੇਣ ਦੇ ਲਈ ਔਰ ਪੂਰੀ ਆਸ ਹੈ ਪੂਰੀ ਉਮੀਦ ਹੈ ਅ ਕਿ ਤੁਹਾਡੀ ਜਿਹੜੀ ਫਿਲਮ ਹੈਗੀ ਆ ਉਹ ਲੋਕਾਂ ਦੇ ਦਿਲ ਦੇ ਵਿੱਚ ਵਾਸ ਕਰੇਗੀ ਔਰ ਸਾਡੀ ਜਿਹੜੀ ਭਟਕੀ ਹੋਈ ਯੂਥ ਹੈ ਉਹਨੂੰ ਰਾਹ ਨਜ਼ਰ ਆਏਗਾ ਧੰਨਵਾਦ ਬਾਈ ਜੀ ਸਾਨੂੰ ਵਕਤ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਧੰਨਵਾਦੀ ਬਾਕੀ ਕੋਈ ਮੈਂ ਅਜ ਤੱਕ ਤੱਕ ਦੇ ਕੇ ਇੰਟਰਵਿਊ ਚ ਸ਼ਾਇਦ ਇਦਾਂ ਦਾ ਕੁਝ ਕਿਹਾ ਨਹੀਂਗਾ ਪਰ ਫਿਰ ਵੀ ਕੋਈ ਜਜ਼ਬਾਤਾਂ ਚ ਵੈੰਦੇ ਹੋਏ ਕੋਈ ਗਲਤੀ ਗਸਤਾਖੀ ਹੋ ਗਈ ਹੋਏ ਤਾਂ ਸਾਰੀ ਆਡੀਅנס ਤੋਂ ਹੱਥ ਜੋੜ ਕੇ ਬੇਲੀ ਮਾਫੀ ਬਹੁਤ-ਬਹੁਤ ਧੰਨਵਾਦ ਹਜ਼ਰਤ ਮੈਂ ਤੁਹਾਡਾ ਆਪਣਾ ਕਾਸਦ ਲੰਕੇਸ਼ ਤਰਖਾ ਸਾਡੀ ਟੀਮ ਬਹੁਤ ਮਿਹਨਤ ਕਰਦੀ ਹੈ ਤੁਹਾਡੇ ਲਈ ਰਿਸਰਚ ਫੈਕਟਸ ਤੇ ਡੀਪ ਐਨਾਲਿਸਿਸ ਬੇਸਡ ਵੀਡੀਓ ਕੰਟੈਂਟ ਤਿਆਰ ਕਰਨ ਦੇ ਲਈ ਬੜੀ ਖੁਸ਼ੀ ਦੀ ਗੱਲ ਹੋਏਗੀ ਜੇ ਤੁਸੀਂ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ ਕਰੋ ਤੇ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾ ਦਿਓ ਤੇ ਜੇ ਇਹ ਵੀਡੀਓ ਤੁਸੀਂ Facebook ਤੇ ਦੇਖ ਰਹੇ ਹੋ ਤਾਂ ਜ਼ਰੂਰ ਸਾਡੇ ਪੇਜ ਨੂੰ ਲਾਈਕ ਕਰੋ ਤੇ ਫੋਲੋ ਕਰੋ ਤੇ ਜੇ ਤੁਸੀਂ ਸਾਡੇ ਚੈਨਲ ਨੂੰ WhatsApp ਤੇ ਫੋਲੋ ਕਰਨਾ ਚਾਹੁੰਦੇ ਹੋ ਤਾਂ ਆਪਣਾ WhatsApp ਖੋਲੋ ਉਥੇ ਅਪਡੇਟਸ ਤੇ ਜਾਓ ਸਾਡੇ ਚੈਨਲ ਐਡਰੈਸ ਇੱਟ ਨੂੰ ਉਥੇ ਸਰਚ ਕਰੋ ਤੇ ਸਾਡੇ ਚੈਨਲ ਨੂੰ ਉਥੇ ਤੁਸੀਂ ਐਡ ਆਨ ਕਰ ਸਕਦੇ ਹੋ